ਤੁਸੀਂ ਵੀ ਦੇਖ ਰਹੇ ਮੇਰੇ ਪਿਆਰੇ ਵੀਰੋ, ਮੇਰੇ ਪਿਆਰੇ ਭੈਣੋ, ਮੇਰੇ ਦੋਸਤੋ, ਮੇਰੇ ਵੱਲੋਂ ਭਗਤ ਸਿੰਘ ਵੱਲੋਂ ਆਪ ਸਭ ਜੀ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ। ਮੈਂ ਆਪ ਸਭ ਜੀ ਦਾ ਕਾਂਸ਼ੀ ਟੀ ਵੀ ਦੇ ਪ੍ਰੋਗਰਾਮ ਪਤੇ ਦੀ ਗੱਲ ਦੇ ਵਿੱਚ ਸਵਾਗਤ ਕਰਦਾ। ਅੱਜ ਮੇਰਾ ਸਾਥ ਮੇਰੇ ਪਿਆਰੇ ਵੀਰ ਧਰਮ ਮਹੇ ਜੀ ਦੇਣਗੇ। ਜੈ ਗੁਰਦੇਵ, ਜੈ ਭੀਮ ਜੀ, ਜੈ ਇਨਸਾਨ। ਭਗਵੰਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਯਾਦ ਕਰਨ ਦਾ। ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਹਮੇਸ਼ਾ ਮੇਰਾ ਸਾਥ ਦਿੰਦੇ ਹੋ। ਦੋਸਤੋ, ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਦੇਣਾ ਉਹ ਹੈਗਾ ਇੱਕ ਅਧਿਆਪਕ, ਸ਼ਿਕਸ਼ਕ, ਗੁਰੂ, ਟੀਚਰ, ਉਸ ਦੇ ਬਾਰੇ 'ਚ। 5 ਸਪਟੈਂਬਰ ਨੂੰ ਤੁਸੀਂ ਦੇਖਿਆ ਹੋਊਗਾ ਕਿ ਇੰਡੀਆ ਦੇ ਵਿੱਚ ਸ਼ਿਕਸ਼ਕ ਦਿਵਸ ਮਨਾਇਆ ਗਿਆ, ਅਤੇ ਹਰੇਕ ਮੁਲਕ ਦੇ ਵਿੱਚ ਅਲੱਗ ਅਲੱਗ ਟਾਈਮ 'ਤੇ ਮਨਾਉਂਦੇ ਨੇ। ਕਈ ਤਰ੍ਹਾਂ ਆਪਣੇ ਜਿਵੇਂ ਯੂਰਪ ਦੇ ਵਿੱਚ ਕਹਿ ਲਓ 5 ਅਕਤੂਬਰ ਨੂੰ ਇਹਨਾਂ ਨੇ ਮਨਾਉਣਾ ਆ, ਅਤੇ ਟਰਕੀ ਦੇ ਵਿੱਚ ਹੋਰ ਟਾਈਮ 'ਤੇ ਮਨਾਉਂਦੇ ਨੇ। ਸੋ ਹਰੇਕ ਕੰਟਰੀ ਦਾ ਆਪਣਾ ਆਪਣਾ ਟਾਈਮ ਹੈ। ਉਹਨਾਂ ਨੇ ਉੱਥੇ ਦੇ ਜਿਹੜੇ ਖਾਸ ਉਹਨਾਂ ਦੇ ਅਧਿਆਪਕ ਕੋਈ ਹੋਏ ਨੇ ਜਿਹੜੇ, ਉਹਨਾਂ ਦੇ ਹਿਸਾਬ ਨਾਲ ਰੱਖੇ ਹੋਏ ਨੇ। ਅਤੇ ਜਿਹੜਾ 5 ਸਤੰਬਰ ਦਾ ਜਿਹੜਾ ਭਾਰਤ ਦੇ ਵਿੱਚ ਮਨਾਇਆ ਜਾਂਦਾ, ਇਹ ਡਾਕਟਰ ਰਾਧਾ ਕ੍ਰਿਸ਼ਨ ਦੇ ਨਾਲ ਸੰਬੰਧਿਤ ਸੀ। ਉਹਨਾਂ ਦਾ ਜਦੋਂ ਪ੍ਰੈਜੀਡੈਂਟ ਬਣਨ 'ਤੇ ਉਹਨਾਂ ਨੇ ਉਹਨਾਂ ਦੇ ਜਿਹੜੇ ਚਾਹੁਣ ਵਾਲੇ ਸੀ ਉਹਨਾਂ ਨੇ ਕਿਹਾ ਸੀ ਅਸੀਂ ਤੁਹਾਡੇ ਨਾਂ ਦੇ ਉੱਤੇ ਕੋਈ ਦਿਨ ਮਨਾਉਣਾ ਚਾਹੁੰਦੇ ਹਾਂ। ਤਾਂ ਉਹਨਾਂ ਨੇ ਕਿਹਾ ਸੀ ਕਿ ਨਹੀਂ, ਮੇਰਾ ਦਿਨ ਨਹੀਂ, ਤੁਸੀਂ ਆਪਣਾ ਇਸ ਦਾ ਨਾਂ ਜਿਹੜਾ ਸ਼ਿਕਸ਼ਕ ਦਿਵਸ, ਅਧਿਆਪਕ ਦਿਵਸ ਰੱਖ ਸਕਦੇ ਹੋ। ਸੋ ਉਸ ਦਿਨ ਤਾਂ ਚੱਲਿਆ ਆਉਂਦਾ। ਅਤੇ ਅਸੀਂ ਜਿਹੜੀ ਗੱਲ ਕਰਨੀ ਆ ਕਿ ਇੱਕ ਟੀਚਰ, ਇੱਕ ਅਧਿਆਪਕ, ਇੱਕ ਗੁਰੂ ਤੁਹਾਡੀ ਜ਼ਿੰਦਗੀ ਦੇ ਉੱਤੇ ਕਿੰਨਾ ਕੁ ਅਸਰ ਪਾਉਂਦਾ। ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਗੁਰੂ ਦੀ, ਇੱਕ ਅਧਿਆਪਕ ਦੀ ਕੀ ਇੰਪੋਰਟੈਂਸ ਹੈ, ਇਹ ਸਾਰਾ ਕੁਛ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਜਿਹੜਾ ਅੱਜ ਦੇ ਪ੍ਰੋਗਰਾਮ ਲਾਈਵ ਪ੍ਰੋਗਰਾਮ ਹੈ, ਤੁਸੀਂ ਇਸ ਦੇ ਵਿੱਚ ਹਿੱਸਾ ਪਾ ਸਕਦੇ ਹੋ। ਅਤੇ ਜਿਹੜੀ ਕਾਲ ਹੈ ਉਹ ਤੁਸੀਂ ਕਰ ਸਕਦੇ ਹੋ 0300770022246, ਇਸ 'ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਸੰਬੰਧ ਬਣਾ ਸਕਦੇ ਹੋ। ਇਹ ਖਿਆਲ ਰੱਖਣਾ ਕਿ ਜਿਹੜੀ ਬੋਲੀ ਹੈ ਸਭਿਕ ਹੋਣੀ ਚਾਹੀਦੀ ਹੈ, ਕਿਸੇ ਦੂਸਰੇ ਕਾਲਰ ਦਾ ਜਵਾਬ ਨਹੀਂ ਦੇਣਾ, ਉਸ ਦਾ ਜਵਾਬ ਅਸੀਂ ਦੇਵਾਂਗੇ। ਅਤੇ ਅਸੀਂ ਇਸ ਦੇ ਗੱਲ ਬਹੁਤ ਚਾਹੁੰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਜੋ ਤੁਸੀਂ ਸੋਚਦੇ ਹੋ ਸਾਡੇ ਨਾਲ ਜ਼ਰੂਰ ਵਾਰਤਾਲਾਪ ਕਰਿਆ ਕਰੋ, ਆਪਣੇ ਵਿਚਾਰ ਦੱਸਿਆ ਕਰੋ ਕਿ ਕੀ ਅਸੀਂ ਸੋਚਦੇ ਹਾਂ। ਸੋ ਜਿਹੜਾ ਪ੍ਰੋਗਰਾਮ ਦਾ ਆਗਾਜ਼ ਅਸੀਂ ਕਰਦੇ ਹਾਂ ਕਿ ਜਿਹੜਾ ਇੱਕ ਅਧਿਆਪਕ ਹੈ ਉਹ ਤੁਹਾਡੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਣਾ ਦਿੰਦਾ, ਅਤੇ ਜਾਂ ਕਈ ਵਾਰ ਤੁਹਾਡੀ ਜ਼ਿੰਦਗੀ ਤਬਾਹ ਵੀ ਕਰ ਸਕਦਾ। ਸਭ ਤੋਂ ਜਦੋਂ ਆਪਾਂ ਅਧਿਆਪਕਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਜ਼ਰੂਰ ਜੋਤੀਬਾਈ ਫੂਲੇ, ਸਵਿਤਰੀਬਾਈ ਫੂਲੇ, ਡਾਕਟਰ ਅੰਬੇਦਕਰ ਜੀ, ਉਹਨਾਂ ਨੂੰ ਚੇਤੇ ਕਰਨਾ ਪਊਗਾ। ਇੱਕ ਟੀਚਰ ਜਿਨ੍ਹਾਂ ਨੇ ਸਾਡੇ ਭਾਰਤੀ ਲੋਕਾਂ ਦੀ ਜ਼ਿੰਦਗੀ ਤਬਦੀਲੀ, ਬਹੁਤ ਵੱਡੀ ਤਬਦੀਲੀ ਆਉਂਦੀ ਹੈ, ਸਾਨੂੰ ਐਸੇ ਯੋਗ ਬਣਾਇਆ ਕਿ ਅਸੀਂ ਪੜ੍ਹ ਲਿਖ ਸਕੀਏ। ਅਤੇ ਸਵਿਤਰੀਬਾਈ ਫੂਲੇ ਜਿਨ੍ਹਾਂ ਨੇ ਔਰਤਾਂ ਨੂੰ ਹੱਕ ਲੈ ਕੇ ਦਿੱਤਾ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਤਸ਼ੱਦਦ ਚੱਲੀ, ਫਿਰ ਵੀ ਉਹ ਹਟੇ ਨਹੀਂ ਅਤੇ ਫਿਰ ਵੀ ਉਹ ਲੱਗੇ ਰਹੇ ਨੇ, ਉਹਨੇ ਵੱਲ ਗੱਲ ਕਰਾਂਗੇ। ਅਤੇ ਡਾਕਟਰ ਅੰਬੇਦਕਰ ਜੀ ਜਿਨ੍ਹਾਂ ਨੇ ਸਾਨੂੰ ਪੜ੍ਹਨ ਲਿਖਣ ਦਾ ਅਧਿਕਾਰ ਲੈ ਕੇ ਦਿੱਤਾ, ਨਹੀਂ ਤਾਂ ਪਹਿਲਾਂ ਸਾਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਤੁਹਾਨੂੰ ਪਤਾ ਹੋਊਗਾ ਕਿ ਇੱਕ ਸਿਰਫ ਬ੍ਰਾਹਮਣ ਨੂੰ ਹੀ ਅਧਿਕਾਰ ਸੀ, ਉਹ ਪੜ੍ਹ ਸਕਦਾ ਸੀ, ਪੜ੍ਹਾ ਸਕਦਾ ਸੀ। ਸੋ ਇਹ ਸਾਰੀ ਗੱਲਾਂ ਹੈਗੀਆਂ।
ਅਤੇ ਦੂਜੇ ਪਾਸੇ ਉਹ ਵੀ ਟੀਚਰ ਨੇ ਦਰੋਣਾਚਾਰਿਆ ਵਰਗੇ, ਉਹਨਾਂ ਦੀ ਵੀ ਗੱਲ ਤੁਸੀਂ ਜ਼ਰੂਰ ਕਰਿਓ ਜਾਂ ਅਸੀਂ ਕਰਾਂਗੇ ਕਿ ਕਿਸ ਤਰ੍ਹਾਂ ਉਹ ਤੁਹਾਡੀ ਜ਼ਿੰਦਗੀ ਦੇ ਉੱਤੇ ਅਸਰ ਕਰਦੇ ਨੇ। ਆਪਣੇ ਮਹੇਸ਼ ਸਾਹਿਬ, ਤੁਸੀਂ ਕਿਸ ਪੱਖੋਂ ਦੇਖਦੇ ਹੋ, ਕਿਸ ਤਰ੍ਹਾਂ ਤੁਸੀਂ ਵਿਚਾਰ ਕਰਦੇ ਹੋ? ਪਹਿਲਾਂ ਤਾਂ ਇਹ ਜਿਹੜਾ ਦਿਨ ਆ ਨਾ, ਇਹ ਇੱਕ ਮਾਨਤਾ ਦੇਣ ਵਾਲਾ ਦਿਵਸ ਹੈ। ਹਾਂਜੀ, ਕਿਉਂਕਿ 1965 ਤੋਂ ਪਹਿਲਾਂ ਕੋਈ ਦਿਨ ਨਹੀਂ ਸੀ ਐਜ ਟੀਚਰਸ ਡੇ। 1965 ਵਿੱਚ ਲੋਕਾਂ ਨੂੰ ਕਿਹਾ ਵੀ ਉਹ ਇੰਨਾ ਵਧੀਆ ਕੰਮ ਕਰਦੇ, ਲੋਕਾਂ ਨੂੰ ਐਜੂਕੇਟ ਕਰਕੇ, ਉਹਨਾਂ ਨੂੰ ਵੱਖਰੇ ਵੱਖਰੇ ਪ੍ਰੋਫੈਸ਼ਨ ਉਹਦਾ ਇੱਕ ਜ਼ਿੰਦਗੀ ਬਖਸ਼ਦੇ ਆ ਲੋਕਾਂ ਨੂੰ, ਉਹਨਾਂ ਨੂੰ ਮਾਨਤਾ ਨਹੀਂ ਮਿਲਦੀ। ਤਾਂ ਲੋਕਾਂ ਨੇ ਇੱਕ ਜਿਹੜੇ ਕਾਰਡ ਦੇਣੇ ਸ਼ੁਰੂ ਕਰਤੇ, ਕਿਸੇ ਨੇ ਕਿਸੇ ਨੇ ਫੁੱਲ ਦੇਣੇ ਟੀਚਰ ਨੇ ਜਦੋਂ ਵਧੀਆ ਕੰਮ ਕਰਨਾ। ਤਾਂ ਇਹ 94 ਦੇ ਵਿੱਚ ਜਾਂ 95 ਦੇ ਵਿੱਚ ਇਹ ਜਿਹੜਾ ਨਾਂ ਹੋਂਦ ਵਿੱਚ ਆਇਆ, ਅਤੇ ਉਦੋਂ ਬਾਅਦ ਫਿਰ ਦਿਨ ਮੁਕਰਰ ਕੀਤਾ ਗਿਆ। ਇਹ ਬਾਕੀ ਦੁਨੀਆਂ ਦੀ ਗੱਲ ਹੈਗੀ ਆ। ਇੱਕ ਪਹਿਲੀ ਤਾਂ ਗੱਲ ਇਹ ਇੰਪੋਰਟੈਂਟ ਆ ਕਿ ਵੀ ਜਦੋਂ ਕੋਈ ਮਹਾਨ ਕੰਮ ਕਰਦਾ ਤਾਂ ਉਹਦੀ ਜਿਹੜੀ ਮਾਨਤਾ ਹੋਣੀ ਬਹੁਤ ਜ਼ਰੂਰੀ ਆ। ਜਿਹੜੀ ਇੰਡੀਆ ਦੇ ਅਧਿਕਾਰਾਂ ਦੀ ਗੱਲ ਆ, ਇੰਡੀਆ ਵਿੱਚ ਲੋਕਾਂ ਦੇ ਐਜੂਕੇਸ਼ਨ ਜਿਹੜੇ ਰਾਈਟਸ ਸੀ ਉਹਦੀ ਗੱਲ ਕਰਦੇ ਹਾਂ, ਜਿੱਦਾਂ ਸ਼ੁਰੂ 'ਚ ਭਗਵੰਤ ਜੀ ਨੇ ਕਿਹਾ ਕਿ ਉੱਥੇ ਪੜ੍ਹਨ ਦੀ ਇਜਾਜ਼ਤ ਨਹੀਂ ਸੀਗੀ, ਸਾਨੂੰ ਇਜਾਜ਼ਤ ਇਹਨਾਂ ਮਹਾਂਪੁਰਸ਼ਾਂ ਨੇ ਲੈ ਕੇ ਦਿੱਤੀ। ਜਿਹੜੇ ਆਪਣੇ ਜੋਤੀਬਾ ਫੂਲੇ ਸਨ, ਉਹ ਖੁਦ ਪੜ੍ਹੇ ਲਿਖੇ ਸਨ, ਔਰ ਜਿਹੜੀ ਉਹਨਾਂ ਦੀ ਕਰਮ ਪਤੀ ਸੀ, ਆਪਣੀ ਧਰਮ ਪਤਨੀ ਸੀ ਸਿਮਰਤੀ ਬਾਈ ਫੂਲੇ, ਉਹ ਅਨਪੜ੍ਹ ਸੀ। ਅਤੇ ਮਤਲਬ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਵੀ ਪਹਿਲਾਂ ਤਾਂ ਆਪਣੀ ਵਾਈਫ ਨੂੰ ਪੜ੍ਹਾਓ, ਕਿਉਂਕਿ ਉਸ ਲਈ ਇੱਕ ਤਰ੍ਹਾਂ ਦਾ ਜਿੱਦਾਂ ਨਾ ਰੌਲਾ ਜਿਹਾ ਪਾਇਆ ਸੀਗਾ ਵੀ ਜੇ ਇਹਦੀ ਵਾਈਫ ਜਿਹੜਾ ਨਾ, ਜਿਹੜੀ ਪੜ੍ਹੀ ਲਿਖੀ ਜਿਹੜੀ ਕੁੜੀ ਪੜ੍ਹੂਗੀ ਅਤੇ ਉਹਦੇ ਹਸਬੈਂਡ ਨੇ ਮਰ ਜਾਣਾ ਅਤੇ ਪਹਿਲਾਂ ਤਾਂ ਇਹੀ ਅੰਧ ਵਿਸ਼ਵਾਸ ਫੈਲਾਇਆ ਸੀ। ਹਾਂ, ਪਹਿਲਾਂ ਤਾਂ ਉਹ ਆਪਣੇ ਜੋਤੀਬਾ ਫੂਲੇ ਨੇ ਇਸ ਗੱਲ ਨੂੰ ਦੂਰ ਕੀਤਾ ਵੀ ਉਹ ਆਪਣੀ ਵਾਈਫ ਨੂੰ ਪੜ੍ਹਾਇਆ। ਹੁਣ ਲੋਕਾਂ ਨੂੰ ਇਹ ਐਗਜ਼ਾਮਪਲ ਦਿੰਦੇ ਰਹੇ ਵੀ ਦੇਖੋ ਮੈਂ ਪੜ੍ਹਿਆ ਲਿਖਿਆ, ਮੇਰੀ ਵਾਈਫ ਵੀ ਪੜ੍ਹ ਗਈ ਅਤੇ ਮੈਂ ਤਾਂ ਮਰਿਆ ਨਹੀਂ। ਅਤੇ ਹੌਲੀ 19 ਸਕੂਲ ਬਣਾਏ, ਹੌਲੀ ਹੌਲੀ ਬਾਕੀਆਂ ਨੂੰ ਕਨਵਿੰਸ ਕਰਕੇ 19 ਸਕੂਲ ਲਾਉਣ ਲਈ ਪ੍ਰੇਰਿਆ। ਅਤੇ ਕੁਛ ਲੋਕ ਜਿਹੜੇ ਕੁਛ ਸਾਡੀਆਂ ਭੈਣਾਂ ਸੀ ਉਹ ਡਰਦੀਆਂ ਨਹੀਂ ਸੀ ਆਉਂਦੀਆਂ, ਲੇਕਿਨ ਉਹ ਆਪ ਡੋਰ ਟੂ ਡੋਰ ਜਾ ਕੇ ਘਰ ਘਰ ਜਾ ਕੇ ਬੱਚਿਆਂ ਨੂੰ ਪੜ੍ਹਾਉਣ ਦਾ ਸੁਨੇਹਾ ਦਿੰਦੇ ਰਹੇ। ਔਰ ਇਸੇ ਕਰਕੇ ਉਹਨਾਂ ਦੀ ਮਹਾਨਤਾ ਇਹ ਆ ਕਿ ਦੇਖੋ ਜਦੋਂ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਨੇ ਤੁਹਾਨੂੰ ਪਤਾ ਕਿ ਉਹਨਾਂ ਦੇ ਕੱਪੜਿਆਂ 'ਤੇ ਗੰਦ ਤੱਕ ਫੈਂਕਿਆ ਗਿਆ, ਗੋਹਾ ਸੜਾ ਹੁੰਦਾ ਸੀ, ਦੋ ਕੱਪੜੇ ਕੋਲ ਲੈ ਕੇ ਜਾਣੇ, ਦੋ ਸਾੜੀਆਂ ਲੈ ਕੇ ਜਾਂਦੇ ਸੀ। ਹਾਂਜੀ, ਲੈ ਕੇ ਜਾਣੀ ਤਾਂ ਫਿਰ ਜਾਣੀ, ਉੱਥੇ ਜਾ ਕੇ ਉਹਨਾਂ ਨੇ ਬਦਲਨੇ ਕੱਪੜੇ ਆਪਣੇ, ਗੰਦ ਸੜਨਾ ਸੜਨਾ ਸੋਨਾ ਜਿੰਨਾ ਸੜਨਾ ਸੀ। ਅਤੇ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਉਹ ਇੱਕ ਦਾਨ ਦਿੱਤਾ, ਇੱਕ ਜੀਣ ਜੋਗੇ ਕੀਤਾ, ਬਖਸ਼ਿਸ਼ ਟੀਵੀ 'ਤੇ ਬੈਠਣ ਜੋਗੇ ਕੀਤਾ। ਬਿਲਕੁਲ, ਅਸੀਂ ਜਿਹੜੇ ਅੱਜ ਕੱਪੜੇ ਪਾ ਕੇ ਅੱਜ ਅਸੀਂ ਕੋਲ ਪੇਪਰ ਲੈ ਕੇ ਬੈਠੇ ਹਾਂ, ਘਰੋਂ ਪੜ੍ਹ ਕੇ ਆਏ, ਕੀ ਕਹਿਣਾ ਅਸੀਂ? ਅਤੇ ਉਹਨਾਂ ਦੀ ਬਦੌਲਤ ਆ, ਉਹਨਾਂ ਦੀ ਬਦੌਲਤ ਆ। ਕੋਲ ਲੈ ਲਈ ਆਪਾਂ? ਹਾਂਜੀ, ਲੈ ਲਓ। ਹਾਂਜੀ ਹਾਂਜੀ, ਕਾਂਸ਼ੀ ਟੀਵੀ 'ਤੇ ਤੁਹਾਡਾ ਸਵਾਗਤ ਹੈ ਜੀ। ਹੈਲੋ ਹੈਲੋ, ਹਾਂਜੀ, ਕਾਲ ਡ੍ਰੌਪ ਹੋ ਗਈ ਆ। ਹੈਲੋ ਹੈਲੋ, ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਵਾਹ ਜੀ ਵਾਹ, ਫਕੀਰ ਚੰਦ ਜੀ ਆਇਆਂ ਨੂੰ। ਹਾਂ ਦੇਖੋ, ਜਿਹੜਾ ਅੱਜ ਆਪ ਅਧਿਆਪਕ ਦਿਵਸ 'ਤੇ ਗੱਲ ਕਰ ਰਹੇ ਹੋ, ਬਹੁਤ ਸ਼ਲਾਘਾਯੋਗ ਆ। ਥੈਂਕ ਯੂ ਜੀ। ਪਰ ਹੁਣ ਇੱਥੇ ਦੱਸਣਾ ਚਾਹੀਦਾ ਵੀ ਜਿਹੜਾ
ਭਾਰਤ ਦੇ ਵਿੱਚ 5 ਸਤੰਬਰ ਰੱਖਿਆ ਗਿਆ ਡਾਕਟਰ ਸਰਵੇਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਤੇ, ਪਰ ਦੁਨੀਆਂ ਦੇ ਵਿੱਚ 5 ਅਕਤੂਬਰ ਨੂੰ ਜ਼ਿਆਦਾ ਮਨਾਇਆ ਜਾਂਦਾ। ਹਾਂਜੀ, ਪਰ ਉਹ ਇੱਥੇ ਦੇਖਣਾ ਬਣਦਾ ਵੀ ਜਿਹੜੀ ਭਾਰਤ ਦੀ ਸਰਕਾਰ ਨੇ ਕਿ ਉਹ ਨਹੀਂ ਸੀ ਜੋਤੀਬਾਈ ਫੂਲੇ ਦੇ ਨਾਂ 'ਤੇ ਰੱਖ ਸਕਦੇ ਜਾਂ ਜਵਿਤਰੀ ਬਾਈ ਫੂਲੇ ਦੇ, ਕਿਉਂਕਿ ਜਿਹਨੇ ਇੰਨਾ ਸੰਘਰਸ਼ ਕੀਤਾ, ਕਿਉਂਕਿ ਡਾਕਟਰ ਸਰਵੇਪੱਲੀ ਰਾਧਾ ਕ੍ਰਿਸ਼ਨ ਜਿਹੜੇ ਸੀਗੇ ਉਹ ਇੰਡੀਆ ਦੇ ਪਹਿਲੇ ਵਾਈਸ ਪ੍ਰੈਜੀਡੈਂਟ ਅਤੇ ਬਾਅਦ ਦੇ ਵਿੱਚ ਉਹ ਪ੍ਰੈਜੀਡੈਂਟ ਬਣੇ ਸਨ। ਹਾਂਜੀ, ਉਹ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਾਉਂਦੇ ਰਹੇ ਸਨ। ਮੈਂ ਉਹਨਾਂ ਬਾਰੇ ਕਾਫੀ ਪੜ੍ਹਿਆ, ਕਿਉਂਕਿ ਉਹ ਮਤਲਬ ਉਹਨਾਂ ਨੂੰ ਇਹ ਦੇਖੋ ਆਹ ਪ੍ਰੋਗਰਾਮ ਕਰ ਰਹੇ ਹੋ, ਇਹਦੀਆਂ ਜੇ ਪੇਚੀਦਗੀਆਂ ਬਾਰੇ ਵੀ ਦੱਸਣਾ ਚਾਹੀਦਾ। ਹਾਂਜੀ, ਉਹ ਤੁਹਾਡੀ ਜ਼ਿੰਮੇਵਾਰੀ ਆ। ਨਹੀਂ ਨਹੀਂ, ਦੇਖੋ ਪਹਿਲਾਂ ਬੜੀ ਗੱਲ ਆ ਵੀ ਜਿਹਨਾਂ ਲੋਕਾਂ ਨੇ ਭਾਰਤ ਵਿੱਚ ਲੋਕਾਂ ਨੂੰ ਪੜ੍ਹਨ ਤੋਂ ਰੋਕਿਆ, ਹਾਂਜੀ, ਜਾਣੀ ਉਹਨੀ ਇਹ ਸਾਜਿਸ਼ ਬਣਾਈ ਗਈ ਵੀ ਲੋਕਾਂ ਨੂੰ ਅੰਧੇਰੇ 'ਚ ਰੱਖਿਆ ਜਾਵੇ। ਜਿਹੜਾ ਡਾਕਟਰ ਸਰਵੇਪੱਲੀ ਰਾਧਾ ਕ੍ਰਿਸ਼ਨਨ ਆ ਇਹਦੇ ਬਾਰੇ ਮੈਂ ਪੜ੍ਹਿਆ, ਜਾਣੀ ਇਹਨੇ ਬੁੱਧ ਬਾਰੇ ਵੀ ਲਿਖਿਆ, ਔਰ ਬੁੱਧ ਬਾਰੇ ਲਿਖਿਆ ਇਹਨੂੰ ਕਿਹਾ ਗਿਆ ਸੀ ਵੀ ਤੂੰ ਲਿਖੀ ਵੀ ਉਹ ਵਿਸ਼ਨੂੰ ਦਾ 9ਵਾਂ ਅਵਤਾਰ ਸੀ, ਵੀ ਤੂੰ ਜਾਣੀ ਇਹ ਨਹੀਂ ਕਰਨਾ ਵੀ ਉਹ, ਕਿਉਂਕਿ ਬੁੱਧ ਅਵਤਾਰਵਾਦ ਦੇ ਵਿਰੁੱਧ ਸੀਗੇ, ਜਾਣੀ ਇਸ ਕਰਕੇ ਆਪਸ ਵਿੱਚ ਇਹ ਨਹੀਂ ਸੰਧੀ ਕੀਤੀ ਹੋਈ ਸੀ ਵੀ ਤੂੰ ਆ ਕਰੀ ਤਾਂ ਤੈਨੂੰ ਇਨਾਮ ਮਿਲਣਾ। ਪਰ ਹੁਣ ਬੜੀ ਤਾਂ ਗੱਲ ਜਿੱਦਾਂ ਤੁਸੀਂ ਦੱਸ ਚੁੱਕੇ ਹਾਂ ਵੀ ਜੋਤੀਬਾਈ ਫੂਲੇ ਨੇ ਸੰਘਰਸ਼ ਕੀਤਾ, ਸਵਿਤਰੀ ਬਾਈ ਫੂਲੇ ਨੇ ਕੀਤਾ, ਔਰ ਬਾਅਦ ਦੇ ਵਿੱਚ ਜਿਹੜਾ ਸ਼ਾਹੂ ਜੀ ਮਹਾਰਾਜ ਹੁਣ ਤਾਂ ਬਹੁਤ ਸਕੂਲ ਖੁੱਲ੍ਹੇ ਆ, ਪਰ ਜਿਸ ਵੇਲੇ ਈਸਟ ਇੰਡੀਆ ਕੰਪਨੀ ਨੇ ਉੱਥੇ ਸਕੂਲ ਮਿਲਟਰੀ ਦਾ ਇਹਨਾਂ ਦਾ ਅਸੂਲ ਸੀਗਾ ਵੀ ਇਹਨੀ ਜਦ ਉੱਥੇ ਆਰਮੀ ਬਣਾਈ ਹੈ ਤਾਂ ਉਹਨਾਂ ਨੂੰ ਇਹ ਪੜ੍ਹਾਉਂਦੇ ਸੀ। ਜਦ ਮਹਾਰੈਜੀਮੈਂਟ ਬਣ ਗਈ ਹੈ ਨਾ, ਉੱਚੀ ਜਾਤ ਦੇ ਲੋਕ ਤਾਂ ਪਹਿਲੇ ਭਰਤੀ ਸੀ, ਇਹਨੇ ਕਿਹਾ ਵੀ ਅਸੀਂ ਜਿੰਨੇ ਵੀ ਇਹ ਫੌਜੀ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ, ਤਾਂ ਉੱਚੀ ਜਾਤ ਵਾਲਿਆਂ ਨੇ ਅੰਗਰੇਜ਼ਾਂ ਨੂੰ ਕਿਹਾ ਵੀ ਸਾਡੇ ਬੱਚੇ ਇਹਨਾਂ ਦੇ ਬੱਚਿਆਂ ਦੇ ਨਾਲ ਕਿੱਦਾਂ ਬੈਠਣਗੇ, ਵੀ ਅਸੀਂ ਤਾਂ ਉੱਚੇ ਹਾਂ। ਉਹ ਅੰਗਰੇਜ਼ ਬੜੇ ਹੈਰਾਨ ਹੋਏ ਵੀ ਦੇਖੋ ਇਹ ਸਾਡੇ ਗੁਲਾਮ ਆ, ਵੀ ਸਾਨੂੰ ਦੱਸਦੇ ਵੀ ਕੀ ਕਰਨਾ ਚਾਹੀਦਾ। ਉਹਨੇ ਕਿਹਾ ਵੀ ਤੁਸੀਂ ਬੈਠੋ ਚਾਹੇ ਨਾ ਬੈਠੋ, ਵੀ ਜਿਹੜਾ ਸਾਡੇ ਆਰਮੀ ਦੇ ਵਿੱਚ ਹੈਗਾ ਉਹਨੂੰ ਮੁਫ਼ਤ ਪੜ੍ਹਾਇਆ ਜਾਓ, ਔਰ ਬੈਠਣਗੇ ਵੀ ਇਕੱਠੇ। ਤੁਸੀਂ ਦੇਖੋ ਰਾਮ ਜੀ ਸਾਕਪਾਲ ਜਿਹੜੇ ਆ ਉਹ ਮਿਲਟਰੀ ਦੇ ਸਕੂਲ ਦੇ ਵਿੱਚ ਹੈਡਮਾਸਟਰ ਬਣੇ ਸੀ। ਅੱਛਾ ਜੀ, ਜਿਹੜੇ ਇਹਨਾਂ ਦੇ ਪਿਤਾ ਸੀ ਇਹਨਾਂ ਨੂੰ ਡਾਕਟਰ ਅੰਬੇਡਕਰ ਦੇ, ਹਾਂਜੀ, ਉਹ ਮਿਲਟਰੀ ਸਕੂਲ ਦੇ ਵਿੱਚ ਹੈਡਮਾਸਟਰ ਸੀ। ਅੱਛਾ, ਜਾਣੀ ਤੁਸੀਂ ਦੇਖੋ ਵੀ ਉਹਨੀ ਜੇ ਆਪ ਉਹ ਹੈਡਮਾਸਟਰ ਸੀਗੇ ਫਿਰ ਇਹ ਉਹਨੇ ਇਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ, ਕਿਉਂਕਿ ਜਿਹੜੀ ਵਿੱਦਿਆ ਹੈ ਐਵੇਂ ਨਹੀਂ ਆ ਗਈ। ਬਿਲਕੁਲ, ਔਰ ਮੈਂ ਦੇਖੋ ਸਾਥੀ ਇਹ ਦੱਸਣਾ ਚਾਹੁੰਦਾ ਵੀ ਕਈ ਵਾਰੀ ਜਦ ਆਪਾਂ ਪ੍ਰੋਗਰਾਮ ਕਰਦੇ ਹਾਂ, ਹਾਂਜੀ, ਜਦ ਤੁਹਾਡੇ ਨਾਲ ਆਪ ਬੀਤਦੀ ਆ, ਹਾਂਜੀ, ਜਦ ਤੁਹਾਡੇ ਨਾਲ ਆਪ ਬੀਤਦੀ ਆ ਫਿਰ ਜ਼ਿਆਦਾ ਪਤਾ ਲੱਗਦਾ। ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ, ਕਿਉਂਕਿ ਮੈਂ ਉੱਥੇ ਪੰਜਾਬ ਦੇ ਵਿੱਚ ਪੜ੍ਹਿਆ, ਸਰਕਾਰੀ ਸਕੂਲੇ ਵੀ ਪ੍ਰਾਈਵੇਟ ਸਕੂਲ 'ਚ ਵੀ ਕਾਲਜ ਵੀ ਮੈਂ ਗਿਆ, ਔਰ ਮੈਂ ਦੱਸਣਾ ਚਾਹੁੰਦਾ ਵੀ ਪ੍ਰਾਇਮਰੀ ਸਕੂਲ ਦੇ ਵਿੱਚ ਉਹ ਸਰਕਾਰੀ ਸੀ, ਉੱਥੇ ਕੋਈ ਵਿਤਕਰਾ ਨਹੀਂ ਸੀ। ਹਾਂਜੀ, ਪਰ ਜਦ ਮੈਂ ਜਾਣੀ ਖਾਲਸਾ ਹਾਈ ਸਕੂਲ ਦੇ ਵਿੱਚ ਲੱਗਾ, ਮੇਰੇ ਉੱਥੇ ਦੇ ਕੌੜੇ ਤਜ਼ਰਬੇ ਆ, ਮੈਂ ਜਾਣੀ ਚੰਗੇ ਟੀਚਰ ਵੀ ਦੇਖੇ ਆ, ਕਈ ਟੀਚਰ ਇੱਦਾਂ ਦੇ ਦੇਖੇ ਆ ਵੀ ਉਹ ਪੜ੍ਹਾਉਂਦੇ ਘੱਟ ਸੀ, ਨਫ਼ਰਤ ਜ਼ਿਆਦਾ ਕਰਦੇ ਸੀ, ਕਿਉਂਕਿ ਉਹ ਜਿਹੜਾ ਇੱਕ ਫੋਰਮ ਟੀਚਰ ਹੁੰਦਾ ਉਹ ਤੁਹਾਡਾ ਹਾਜ਼ਰੀ ਲਾਉਂਦਾ, ਉਹਦੇ ਕੋਲ ਸਾਰਾ ਰਿਕਾਰਡ ਹੁੰਦਾ ਵੀ ਇਹਦੀ ਕਿਹੜੀ ਜਾਤ ਹੈ, ਹਾਂਜੀ, ਉਹ ਜਾਤ ਦੇ ਮੁਤਾਬਕ ਬੱਚਿਆਂ ਦੀ ਫੀਸ ਮਾਫ਼ ਆ, ਉਹ ਵਜ਼ੀਫੇ ਮਿਲਦੇ ਆ, ਜਾਣੀ ਉਹ ਟੀਚਰ ਤੁਸੀਂ ਦੇਖੋ ਵਜ਼ੀਫੇ ਤਾਂ ਮਿਲਦੇ ਸਰਕਾਰ ਵੱਲੋਂ,
ਉਹ ਟੀਚਰ ਜਾਂਦੇ ਸੀ ਵੀ ਇਹਨਾਂ ਨੂੰ ਕਿਉਂ ਮਿਲਦੇ ਆ, ਕਾਹਦੇ ਪੜ੍ਹਾਈ ਜਾਂਦੇ ਇਹਨਾਂ ਨੂੰ? ਨਹੀਂ ਨਹੀਂ ਉਹ ਰੋਕਦੇ ਸੀ, ਮੇਰਾ ਵਜ਼ੀਫਾ ਬੰਦ ਕੀਤਾ। ਜਾਣੀ ਉੱਧਰ ਕੋਲ ਟੀਚਰ ਨੇ, ਜਾਣੀ ਮੈਂ ਕੀ ਕਹਿ ਸਕਦਾ ਸੀ, ਮੈਂ ਤਾਂ ਉੱਥੇ ਪੜ੍ਹਨਾ ਸੀ। ਫਿਰ ਫੀਸਾਂ ਜਾਣੀ ਉਹਨੇ ਇੱਕ ਵਾਰੀ ਏਦਾਂ ਜਾਣੀ ਨੋਟਿਸ ਦੇ ਦਿੱਤਾ ਵੀ ਸਾਰੇ ਫੀਸਾਂ ਲੈ ਕੇ ਆਇਓ, ਵੀ ਫੀਸਾਂ ਲੱਗ ਗਈਆਂ। ਅੱਛਾ ਜੀ, ਫੀਸਾਂ ਲੱਗੀਆਂ ਹੈ ਨਹੀਂ ਸੀ, ਲੱਗੀਆਂ ਨਹੀਂ ਸੀ। ਫਿਰ ਜਦ ਅਸੀਂ ਹੋਰ ਪਿੰਡਾਂ ਦੇ ਮੁੰਡਿਆਂ ਤੋਂ ਪੁੱਛਿਆ, ਉਹ ਕਹਿੰਦੇ ਵੀ ਫੀਸਾਂ ਤਾਂ ਲੱਗੀਆਂ ਨਹੀਂ। ਮਤਲਬ ਕਿ ਉਹਨਾਂ ਨੇ ਹਰ ਪਾਸੋਂ ਹਰ ਜ਼ੋਰ ਲਾਇਆ ਵੀ ਤੁਸੀਂ, ਤੁਹਾਡੀ ਪੜ੍ਹਾਈ ਬੰਦ ਹੋ ਜਾਵੇ ਪੈਸੇ ਦੀ ਘਾਟ ਕਰਕੇ। ਟਾਈਮ ਦੀ ਕਮੀ ਹੁੰਦੀ ਆ, ਤਾਂ ਮੈਨੂੰ ਫਿਰ ਐਸਸੀ ਸਟੂਡੈਂਟ ਮਿਲੇ ਜਿਹੜੇ ਮੇਰੇ ਨਾਲ ਪੜ੍ਹਦੇ ਸੀ। ਉਹ ਕਹਿੰਦੇ ਵੀ ਆਪਾਂ ਹੈਡਮਾਸਟਰ ਨੂੰ ਪੁੱਛੀਏ, ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਪਤਾ ਉਹ ਕਿੰਨਾ ਕੱਬਾ, ਉਹ ਤਾਂ ਮਾਰਦਾ ਬਹੁਤ। ਉਹ ਕਹਿੰਦੇ ਵੀ ਚਲੋ ਜੇ ਮਾਰੂਗਾ ਵੀ ਤਾਂ ਪੁੱਛ ਲੈਂਦੇ ਹਾਂ। ਅੱਛਾ, ਪਰ ਉਹ ਨੀ ਮੈਨੂੰ ਮੋਹਰੇ ਕੀਤਾ ਵੀ ਹੈਡਮਾਸਟਰ ਨੂੰ ਪੁੱਛੀਏ। ਜਦ ਅਸੀਂ ਸੱਤ ਅੱਠ ਮੁੰਡੇ ਗਏ ਤਾਂ ਉਹ ਜਾਣੀ ਇੰਨੀ ਗਰਮੀ ਦੇ ਵਿੱਚ ਉਹਦੇ ਦਫ਼ਤਰ ਦੇ ਮੂਹਰੇ ਖੜੇ ਰਹੇ। ਜਦ ਖੜੇ ਰਹੇ ਤਾਂ ਉਹ ਅੰਦਰ ਗੱਲਾਂ ਕਰ ਰਿਹਾ ਸੀ, ਉਹਨੂੰ ਕਿਹਾ ਵੀ ਧੁੱਪੇ ਖੜੇ ਆ। ਤਾਂ ਉਸ ਬੰਦੇ ਨੂੰ ਉਹਨੂੰ ਕਿਹਾ ਵੀ ਹੁਣ ਚੱਲ ਜਾਓ, ਕੋਈ ਮੈਨੂੰ ਮਿਲਣ ਆਏ ਆ। ਜਦ ਅਸੀਂ ਉਹਨੂੰ ਮਿਲੇ ਤਾਂ ਮੈਂ ਕਿਹਾ ਹੈਡਮਾਸਟਰ ਸਾਹਿਬ ਵੀ ਤੁਸੀਂ ਸਾਡੇ ਤੋਂ 3 ਮਹੀਨੇ ਦੀਆਂ ਫੀਸਾਂ ਲੈ ਲਈਆਂ, ਵੀ ਫੀਸਾਂ ਤਾਂ ਲੱਗੀਆਂ ਨਹੀਂ, ਵੀ ਅਸੀਂ ਕਿੰਨੇ ਗਰੀਬ ਆ। ਚੱਲ ਮੇਰਾ ਬਾਪ ਤਾਂ ਇੱਧਰ ਆਇਆ ਸੀ ਵੀ ਕਿੰਨੇ ਗਰੀਬ ਆ, ਤਾਂ ਉਹ ਮੇਰੀ ਗੱਲ ਸੁਣਦਾ ਰਿਹਾ। ਕਹਿੰਦਾ ਮੈਨੂੰ ਵੀ ਪਤਾ ਹੈਗਾ ਵੀ ਉਹ ਜਿਹੜੀਆਂ ਫੀਸਾਂ ਨਹੀਂ ਲੱਗੀਆਂ, ਪਰ ਹੁਣ ਗਾਹ ਨਾ ਲਵਾਂਗੇ। ਤੇ ਮੈਂ ਕਹਿੰਦਾ ਉਹ ਸਕੂਲ ਦੇ ਧਰਮ ਖਾਤੇ 'ਚ ਪਾ ਦਿੱਤੇ ਪੈਸੇ। ਦੇਖੋ ਵੀ ਕਿੰਨੀ ਲੋਕਾਂ ਨਾਲ ਜਾਤੀ ਹੁੰਦੀ ਹੈ, ਇਸ ਕਰਕੇ ਜਿਹੜਾ ਮਤਲਬ ਇਹ ਟੀਚਰ ਦੇ ਰਿਹਾ ਇੱਥੇ ਪੜ੍ਹਨ ਕਰਨਾ ਚਾਹੀਦਾ ਵੀ ਕਿਸੇ ਦੇ ਨਾਲ ਧੱਕਾ ਨਾ ਹੋਵੇ। ਤੁਸੀਂ ਦੇਖੋ ਵੀ ਅੱਜ ਉੱਥੇ ਵਿਦਿਆਰਥੀ ਕਿੱਦਾਂ ਖੁਸ਼ਕਰੀਆਂ ਕਰ ਰਹੇ ਆ, ਉਹਨਾਂ ਨੂੰ ਪੜ੍ਹਨ ਹੀ ਨਹੀਂ ਦਿੱਤਾ ਜਾਂਦਾ। ਜਾਣੀ ਭਾਵਾਂ ਜਾਣੀ ਸੰਵਿਧਾਨ ਲਾਗੂ ਹੋਇਆ ਪਰ ਉਹ ਲਾਗੂ ਹੋਣਾ ਹੀ ਨਹੀਂ ਦਿੰਦੇ, ਜੋ ਮਨੁ ਸਮ੍ਰਿਤੀ ਦੇ ਵਿੱਚ ਲਿਖਿਆ ਉਹਦੇ ਅਨੁਸਾਰ ਚੱਲਦੇ ਆ। ਜਾਣੀ ਇਹ ਤੇ ਸੰਕਲਪ ਕਰਨਾ ਚਾਹੀਦਾ ਵੀ ਜੇ ਤੁਸੀਂ ਅਧਿਕਾਰ ਲੈਣੇ ਆ, ਵਿੱਦਿਆ ਲੈਣੀ, ਤਾਂ ਸਰਕਾਰ ਆਪਣੀ ਬਣਾਓ, ਕਿਉਂਕਿ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਤੁਹਾਨੂੰ ਅੱਗੇ ਹੀ ਨਹੀਂ ਆਉਣ ਦਿੰਦੇ। ਉਹ ਜਿਹੜੇ ਰਾਖਵੀਆਂ ਸੀਟਾਂ ਤੇ MLA MP ਬਣਦੇ ਉਹ ਤਾਂ ਉਹਨਾਂ ਦੇ ਚਮਚੇ ਆ। ਹਾਂਜੀ, ਤੁਸੀਂ ਦੇਖੋ ਵੀ ਇੰਨੇ ਬੱਚੇ ਖੁਦਕੁਸ਼ੀਆਂ ਕਰ ਰਹੇ ਆ, ਫੀਸਾਂ ਨਹੀਂ ਦੇ ਹੁੰਦੀਆਂ, ਵਜ਼ੀਫੇ ਮਾਰੇ ਜਾਂਦੇ ਆ। ਪੰਜਾਬ ਦੇ ਮੰਤਰੀ ਨੇ ਪਿਛਲੇ ਜਿਹੜਾ ਸੀਗਾ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ, ਉਹਨੇ ਸਾਰਾ ਹੀ ਵਜ਼ੀਫਾ ਖਾ ਲਿਆ। ਹਾਂਜੀ, ਤੁਸੀਂ ਦੇਖੋ ਵੀ ਮੰਤਰੀ ਇੱਦਾਂ ਕਰਦੇ ਆ ਤਾਂ ਕੀ ਕਰ ਸਕਦੇ। ਜਿਹੜਾ ਸ਼ਡਿਊਲ ਕਾਸਟ ਬੱਚਿਆਂ ਦੇ ਲਈ ਸੀ ਉਹ ਸਾਰਾ ਖਾ ਗਏ ਸੀ ਉਹ। ਤੁਸੀਂ ਦੇਖੋ ਵੀ ਜਿਹੜਾ ਦੇਖੋ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰੀਏ, ਵੀ ਜਾਣੀ ਡਾਕਟਰ ਅੰਬੇਡਕਰ ਦਾ ਜਿਹੜਾ ਮੋਟੋ ਸੀ ਉਹ ਸ਼ੁਰੂ ਹੀ ਇੱਥੋਂ ਹੁੰਦਾ ਵੀ ਐਜੂਕੇਟ, ਐਜੂਕੇਟ ਐਂਡ ਆਰਗਨਾਈਜ਼। ਮੈਂ ਬਹੁਤ ਆਪਦੇ ਪ੍ਰੋਗਰਾਮ ਦੀ ਸ਼ਲਾਘਾ ਕਰਦਾ। ਜੈ ਭੀਮ, ਜੈ ਭਾਰਤ। ਬਹੁਤ ਬਹੁਤ ਥੈਂਕ ਯੂ, ਬਹੁਤ ਹਾਂਜੀ, ਥੈਂਕ ਯੂ ਤੁਹਾਡਾ। ਹਾਂਜੀ, ਹਾਂਜੀ, ਦੇਖੋ ਜਿਹੜੇ 3 ਮਹਾਂਪੁਰਸ਼ ਭਾਰਤ ਦੀ ਧਰਤੀ 'ਤੇ ਹੋਏ, ਬਾਬਾ ਸਾਹਿਬ, ਡਾਕਟਰ ਅੰਬੇਡਕਰ, ਜਿਨ੍ਹਾਂ ਨੇ ਸਾਨੂੰ ਰਿਟਨ ਤੌਰ 'ਤੇ ਅਧਿਕਾਰ ਲੈ ਕੇ ਦਿੱਤਾ, ਜਿਹੜੀ ਕਾਨੂੰਨੀ ਤੌਰ 'ਤੇ ਹਰ ਇੱਕ ਦਾ ਇਹ ਹੱਕ ਔਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰ ਇੱਕ ਨੂੰ ਉਹ ਪੜ੍ਹਾਈ ਐਜੂਕੇਸ਼ਨ ਪ੍ਰਦਾਨ ਕਰੇ। ਜੋਤੀਬਾ ਫੂਲੇ ਦੀ ਜਿਹੜੀ ਦੇਖੋ ਮਾਨ ਤੱਕ ਉਹ ਇੰਨੇ ਪੜ੍ਹੇ ਲਿਖੇ, ਉਹਨਾਂ ਦਾ ਇੱਕ ਬਹੁਤ ਬਹੁਤ ਇੰਪੋਰਟੈਂਟ ਸਲੋਗਨ ਹੈ ਇੱਕ, ਉਹ ਕਹਿੰਦੇ ਵੀ ਜਿਹੜਾ ਹੈਗਾ ਵੀ ਨੌਲੇਜ ਵਿਦਆਊਟ ਐਕਸ਼ਨ ਇਜ਼ ਯੂਜ਼ਲੈਸ। ਤੁਸੀਂ ਕੋਈ ਵੀ ਕੰਮ ਕਰਦੇ ਆ
ਜੇ ਤੁਸੀਂ ਪੜ੍ਹੇ ਹੋਏ ਹੋ ਤਾਂ ਤੁਸੀਂ ਸੂਝ ਬੂਝ ਨਾਲ ਤੁਸੀਂ ਪੜ੍ਹ ਲਿਖ ਕੇ ਜੇ ਕੋਈ ਕੰਮ ਨਹੀਂ ਕੀਤਾ ਅਤੇ ਜੇ ਤੁਸੀਂ ਐਕਸ਼ਨ ਕਰਦੇ ਹਾਂ ਤਾਂ ਤੁਹਾਡੀ ਨੌਲੇਜ ਹੈ ਨਹੀਂ ਉਹਦੇ ਬਾਰੇ 'ਚ ਤਾਂ ਤੁਸੀਂ ਫੇਲ ਹੋਵੋਗੇ ਫਿਰ ਵੀ ਅਤੇ ਇਹ ਬਹੁਤ ਜ਼ਰੂਰੀ ਆ ਕਿ ਵੀ ਜਿਹੜੀ ਪੜ੍ਹਾਈ ਆ ਉਹ ਸਿਰਫ ਊੜਾ ਜਿਹੜਾ ਨਹੀਂ ਹੈ ਤੁਹਾਡਾ ਵਿਜ਼ਨ ਲੰਬਾ ਚੌੜਾ ਹੋ ਜਾਂਦਾ ਤੁਹਾਡੀ ਸੋਚਣ ਸ਼ਕਤੀ ਜਿਹੜੀ ਉਹ ਵੱਧਦੀ ਹੈ ਤੁਸੀਂ ਬਹੁਤ ਕੁਛ ਜਾਣ ਸਕਦੇ ਹਾਂ ਜਦੋਂ ਤੁਸੀਂ ਪੜ੍ਹੇ ਨਹੀਂ ਹੁੰਦੇ ਤਾਂ ਫਿਰ ਤੁਸੀਂ ਜਿਹੜੀਆਂ ਗੱਲਾਂ ਸੁਣੀਆਂ ਉੱਥੇ ਤੱਕ ਸੀਮਤ ਹੁੰਦੀ ਗੱਲ ਅਤੇ ਸਾਨੂੰ ਬਹੁਤ ਕੋਲ ਹਾਂਜੀ ਆਪ ਜੀ ਦਾ ਕਾਂਸੀ ਟੀਵੀ 'ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਗਵੰਤ ਸਿੰਘ ਐਂਡ ਨਮਸਕਾਰ ਟੂ ਬੋਥ ਆਫ ਯੂ ਹਾਂਜੀ ਨਮਸਕਾਰ ਜੀ ਸ਼ੁਭ ਨਾਮ ਜੀ ਮੈਂ ਰਪਿੰਦਰ ਸਮਰ ਬੋਲਦਾ ਸੁਮਨ ਜੀ ਜੀ ਆਇਆਂ ਨੂੰ ਥੈਂਕ ਯੂ ਵੈਰੀ ਮਚ ਸਰ ਅੱਜ ਤੁਸੀਂ ਟੀਚਰਸ ਡੇ ਇੰਡੀਆ ਜਿਹੜਾ ਮਨਾਇਆ ਗਿਆ ਹੈਗਾ 5 ਤਰੀਕ ਨੂੰ ਉਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਵੈਸੇ ਤੁਸੀਂ ਦੱਸ ਹੀ ਦਿੱਤਾ ਕਿ ਵੀ ਕਿਸ ਦਿਨ ਤੋਂ ਸ਼ੁਰੂ ਸੀ ਇਹ ਡਾਕਟਰ ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਨ ਸੀਗਾ ਹਾਂਜੀ ਤੇ ਜਿਹੜੇ ਉਹਦੇ ਸਟੂਡੈਂਟ ਸੀਗੇ ਉਹਦਾ ਜਨਮ ਦਿਨ ਮਨਾਉਣ ਵਾਸਤੇ ਉੱਥੇ ਆਏ ਤੇ ਉਹਨੇ ਕਿਹਾ ਵੀ ਤੁਸੀਂ ਕਿਉਂ ਨਾ ਜਿਹੜੇ ਬਾਕੀ ਦੁਨੀਆ ਦੇ ਸਾਡੇ ਸਾਡੇ ਟੀਚਰ ਆ ਉਹਨਾਂ ਦਾ ਦਿਨ ਮਨਾਇਆ ਜਾਵੇ ਹਾਂਜੀ ਤੇ ਉਸ ਦਿਨ ਤੋਂ ਫਿਰ ਜਿਹੜਾ ਟੀਚਰ ਡੇ ਸੀਗਾ ਉਹ ਮਨਾਉਣਾ ਸ਼ੁਰੂ ਹੋਇਆ ਹਾਂਜੀ ਹਾਂਜੀ ਬਹੁਤ ਅੱਛੀ ਗੱਲ ਹੈ ਦੇਖੋ ਭਗਵੰਤ ਸਿੰਘ ਭਾਵਾਂ ਸਾਡਾ ਮੁਲਕ ਕਿਸੇ ਵੀ ਯੂ ਨੋ ਅਪ ਐਂਡ ਡਾਊਨ ਦੇ ਵਿੱਚ ਵੀ ਗਿਆ ਕਿਸੇ ਵੀ ਹਾਲਤ ਦੇ ਵਿੱਚ ਗਿਆ ਪਰ ਮੈਂ ਇਹ ਜ਼ਰੂਰ ਦੇਖਿਆ ਹੈਗਾ ਆਪਣੇ ਬਚਪਨ ਵਿੱਚ ਵੀ ਬਾਅਦ ਵਿੱਚ ਵੀ ਕਿ ਸਾਡੇ ਸਮਾਜ ਦੇ ਵਿੱਚ ਟੀਚਰ ਨੂੰ ਗੁਰੂ ਸਮਝਿਆ ਜਾਂਦਾ ਸੀਗਾ ਹਾਂਜੀ ਜਿਹੜੇ ਵੀ ਤੁਸੀਂ ਚਲੋ ਮੈਂ ਮਿਸਾਲ ਵੀ ਦੇਵਾਂਗੇ ਜਿਹੜੇ ਆਪਣੇ ਗੁਰੂ ਸਾਹਿਬਾਨ ਵੀ ਹੋਏ ਆ ਹਾਂਜੀ ਉਹ ਵੀ ਟੀਚਰ ਹੀ ਸੀਗੇ ਹਾਂਜੀ ਉਹਨਾਂ ਨੇ ਸਿੱਖਿਆ ਹੀ ਸਾਨੂੰ ਦਿੱਤੀ ਆ ਹਾਂਜੀ ਸਿੱਖਿਆ ਦੇਣ ਵਾਲੇ ਨੂੰ ਹਾਂਜੀ ਸਿੱਖਿਆ ਦੇ ਕਰਕੇ ਅਸੀਂ ਉਹਨਾਂ ਨੂੰ ਗੁਰੂ ਸਾਧਦੇ ਆ ਹਾਂਜੀ ਇਹ ਸਰ ਕਿ ਮਤਲਬ ਜਿਹਨਾਂ ਸਾਡੇ ਸਾਡੇ ਸਮਾਜ ਵਿੱਚ ਗੁਰੂ ਦੀ ਜਿਹੜੀ 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 ਮਤਲਬ ਟੀਚਰ ਦੀ ਜਿਹੜੀ ਪੋਜੀਸ਼ਨ ਹੈ ਪਹਿਲਾਂ ਤੋਂ ਕਾਫੀ ਰਿਸਪੈਕਟਡ ਸੀਗੀ ਹਾਂਜੀ ਤੇ ਦੂਸਰੀ ਗੱਲ ਹੈ ਭਗਵੰਤ ਸਿੰਘ ਦੇਖੋ ਸਮਾਜ ਜਿਹੜਾ ਹੈਗਾ ਬੁਰੀ ਤਰ੍ਹਾਂ ਸਦੀਆਂ ਤੋਂ ਜਿਹਨੋਂ ਇਸ ਮਤਲਬ ਡਿਵਾਈਡ ਵਿੱਚ ਆਇਆ ਹੈਗਾ ਬਹੁਤ ਸਾਰੀ ਸੋਸਾਇਟੀ ਨੂੰ ਬੁਰੀ ਤਰ੍ਹਾਂ ਦਬਾ ਕੇ ਰੱਖਿਆ ਉਹਨੂੰ ਐਜੂਕੇਸ਼ਨ ਨਹੀਂ ਦਿੱਤੀ ਗਈ ਜਿੱਦਾਂ ਚੌਹਾਨ ਸਾਹਿਬ ਨੇ ਕਿਹਾ ਕਿ ਮਤਲਬ ਜਿਹੜੀ ਐਜੂਕੇਸ਼ਨ ਦੀ ਜਿਹੜੀ ਟੀਚਰ ਡੇ ਜਿਹੜਾ ਹੈਗਾ ਉਹ ਆਪਣੇ ਜੋਤੀ ਰਾਏ ਫੂਲੇ ਤੋਂ ਜਾਂ ਉਹਨਾਂ ਦੀ ਜਿਹੜੀ ਬੀਵੀ ਸੀ ਰਾਏ ਫੂਲੇ ਉਹਨਾਂ ਤੋਂ ਸ਼ੁਰੂ ਹੋਣਾ ਚਾਹੀਦਾ ਸੀਗਾ ਪਹਿਲੀ ਗੱਲ ਤਾਂ ਇਹ ਆ ਕਿ ਭਗਵੰਤ ਸਿੰਘ ਤੁਹਾਨੂੰ ਪਤਾ ਕਿ ਉਹ ਸਮਾਜ ਨੇ ਅਸੀਂ ਤਾਂ ਨਾਂ ਵੀ ਉਹਨਾਂ ਦਾ ਹੁਣ ਸੁਣਿਆ ਸੱਚੇ ਦੀ ਗੱਲ ਆ ਕਿ ਉਹਨਾਂ ਨੇ ਉਸ ਸਮਾਜ ਨੇ ਉਹਨਾਂ ਦਾ ਨਾਂ ਬਾਹਰ ਆਉਣ ਹੀ ਨਹੀਂ ਦਿੱਤਾ ਹੈਗਾ ਬਿਲਕੁਲ ਹਾਂਜੀ ਇਹੀ ਕਿਉਂਕਿ ਸਾਰਾ ਕਬਜ਼ਾ ਤਾਂ ਉਹਨਾਂ ਦੇ ਹੱਥ ਵਿੱਚ ਹੈਗਾ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਜਿਹੜੀ ਆਮ ਸਧਾਰਨ ਆਮ ਲੋਕਾਂ ਦੀ ਐਜੂਕੇਸ਼ਨ ਆ ਉਹ ਉਹਨਾਂ ਮਹਾਨ ਲੋਕਾਂ ਨੇ ਸ਼ੁਰੂ ਕੀਤੀ ਜਿਹੜੀ ਕਿ ਲੋਕਾਂ ਦੇ ਵਿੱਚ ਐਜੂਕੇਸ਼ਨ ਆਈ ਨਾਲ ਸਾਨੂੰ ਮੈਂ ਇੱਥੇ ਵੀ ਇੱਕ ਮਤਲਬ ਜਿਹਨੂੰ ਕ੍ਰੈਡਿਟ ਦੇਣਾ ਚਾਹੁੰਦਾ ਕਿ ਜਿਹੜੀ ਐਜੂਕੇਸ਼ਨ ਸ਼ੁਰੂ ਹੋਈ ਆ ਜਦੋਂ ਹੋਈ ਆ ਉਹ ਵੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ ਲਾਰਡ ਮਕੌਲੇ ਸੀਗਾ 1835 ਦੇ ਵਿੱਚ ਜਿਹਨੇ ਪਾਰਲੀਮੈਂਟ ਵਿੱਚ ਇਹ ਕਿਹਾ ਕਿ ਵੀ ਦੇਖੋ ਜੇ ਤੁਸੀਂ ਇੰਡੀਆ ਨੂੰ ਮਤਲਬ ਕੰਟਰੋਲ ਕਰਨਾ ਚਾਹੁੰਦੇ ਆ ਜਾਂ ਇਹ ਤੇ ਰੂਲ ਕਰਨਾ ਚਾਹੁੰਦੇ ਆ ਜੇ ਜਨਤਾ ਨੂੰ ਜਿੱਤਣਾ ਚਾਹੁੰਦੇ ਆ ਤੇ ਤੁਹਾਨੂੰ ਉੱਥੇ ਸਕੂਲ ਖੋਲਣੇ ਚਾਹੀਦੇ ਆ ਉਹਨਾਂ ਲੋਕਾਂ ਨੂੰ ਐਜੂਕੇਟ ਕਰਨਾ ਪਊਗਾ ਉਸ ਟਾਈਮ ਤੇ ਫਿਰ ਮਤਲਬ ਇੰਡੀਆ ਦੇ ਵਿੱਚ ਐਜੂਕੇਸ਼ਨ ਜਿਹਨੂੰ ਸਕੂਲ ਖੋਲਣੇ ਹੋਏ ਅੰਗਰੇਜ਼ੀ ਸਕੂਲ ਖੋਲਣੇ ਹੋਏ ਇਹ ਉੱਥੋਂ ਮਤਲਬ ਜਿਹਨੂੰ ਆਪਣੇ ਹਾਂਜੀ ਉਹਨਾਂ ਨੂੰ ਆਪਣੇ ਕਲਰਕਾਂ ਦੀ ਲੋੜ ਵੀ ਸੀ ਨਾ ਦਫ਼ਤਰੀ ਬਾਬੂਆਂ ਦੀ ਲੋੜ ਤਾਂ ਉਹਨੂੰ ਆਪਣੀ ਸੀਗੀ ਹਾਂਜੀ ਸਮਝ ਲੱਗੇ ਨਾ ਉਹ ਫਿਰ ਉਹ ਸਾਡੇ ਵੀ ਕੰਮ ਆ ਗਏ ਸਮਝ ਲੱਗੇ ਨਾ ਬਿਲਕੁਲ ਅਗਰ ਉਹ ਸਕੂਲ ਨਾ ਖੁੱਲਦੇ ਤਾਂ ਮੇਰਾ ਖਿਆਲ ਆ ਕਿ ਜਿਹੜੀ ਸਾਡੇ ਸਮਾਜ ਨੂੰ ਐਜੂਕੇਸ਼ਨ ਆਈ ਆ ਜਿਹੜੇ ਪੁਰਾਣੇ ਪੜ੍ਹੇ ਲਿਖੇ ਲੋਕ ਹੈ ਤੇ ਸਾਨੂੰ ਕਦੇ ਆਉਣੀ ਨਹੀਂ ਸੀਗੀ ਦੂਜੇ ਪਾਸੇ ਦੇਣੀ ਨਹੀਂ ਸਾਨੂੰ ਸਿੱਖਿਆ ਕਦੇ ਵੀ ਹਾਂਜੀ
ਉਹਨਾਂ ਉਤਨੋਂ ਉਹਨਾਂ ਨੇ ਸਾਨੂੰ ਚਾਂਸ ਹੀ ਨਹੀਂ ਦਿੱਤਾ ਨਾ। ਭਗਵੰਤ ਸਿੰਘ ਦਾ ਜਿਹੜੇ ਸਕੂਲ ਵੀ ਸੀ ਨਾ, ਤੁਸੀਂ ਤਾਂ ਨਹੀਂ ਜ਼ਮਾਨਾ ਉਹ ਦੇਖਿਆ, ਮੈਂ ਤਾਂ ਉਹ ਵੀ ਦੇਖਿਆ ਕਿ ਸਾਨੂੰ ਸਕੂਲਾਂ ਵਿੱਚ ਵੀ ਬਹੁਤ ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ ਸੀ, ਸਾਨੂੰ ਬਰਾਬਰਤਾ ਨਹੀਂ ਦਿੱਤੀ ਜਾਂਦੀ। ਜਿਹੜੇ ਜਿਹੜੇ ਮਤਲਬ 1847 ਤੋਂ ਬਾਅਦ ਜਦੋਂ ਸਕੂਲ ਖੁੱਲਿਆ, ਜਦੋਂ ਅਸੀਂ ਪੜ੍ਹਨਾ ਸ਼ੁਰੂ ਕੀਤਾ ਤੇ ਸਾਨੂੰ ਵੀ ਮਤਲਬ ਜਿਹਨੂੰ ਕਈ ਦਫ਼ਾ ਬੱਕਰਾ ਬਿਠਾਲਿਆ ਜਾਂਦਾ ਸੀਗਾ, ਜਾਂ ਸਾਨੂੰ ਸਕੂਲ ਦੇ ਮਿਨੀਅਲ ਜਿਹੜੇ ਕੰਮ ਸੀ, ਛੋਟੇ ਛੋਟੇ ਕੰਮ ਸੀ, ਪਿੱਛੇ ਸਾਨੂੰ ਲਾਇਆ ਜਾਂਦਾ ਸੀਗਾ, ਉਹ ਵੀ ਸਾਡੇ ਨਾਲ ਜਿੱਦਾਂ ਜਾਇਗੀ ਕਰਦੇ ਸੀਗੇ। ਉਹ ਤਾਂ ਜਿਸ ਤਰ੍ਹਾਂ ਵਕਤ ਬਦਲਿਆ, ਜਿਹਨੂੰ ਸਾਡੇ ਵਰਗੇ ਲੋਕਾਂ ਨੂੰ ਵੀ ਜਿਹੜੇ ਕਦੇ ਸਾਡੇ ਮਾਂ ਪਿਓ ਨੇ ਪੜ੍ਹ ਸੀਗੇ, ਸਾਨੂੰ ਪੜ੍ਹਨ ਦਾ ਚਾਂਸ ਮਿਲਿਆ, ਮੇਰੇ ਦੋ ਭਰਾ ਵਿਚਾਰੇ ਨੂੰ ਪੜ੍ਹ ਲੱਗਿਆ, ਮਾਂ ਪਿਓ ਨੂੰ ਪੜ੍ਹ ਸੀਗੇ, ਜੇ ਐਜੂਕੇਸ਼ਨ ਨਾ ਖੁੱਲਦੀ ਤੇ ਮਤਲਬ ਸਾਡੇ ਵਰਗੇ ਨੂੰ ਐਜੂਕੇਸ਼ਨ ਕਿੱਥੋਂ ਆਉਣੀ ਸੀਗੀ, ਸਮਝ ਗਏ ਨਾ? ਹਾਂਜੀ ਹਾਂਜੀ। ਇਹ ਸਾਡੇ ਮੁੰਡੇ ਪੜ੍ਹ ਲੈ ਕੇ ਬਾਹਰ ਅੱਛੇ ਨੌਕਰੀਆਂ ਚੱਲ ਗਿਆ, ਅਸੀਂ ਵੀ ਜਿੱਦਾਂ ਤੁਸੀਂ ਬੈਠੇ ਹਾਂ, ਇਹ ਵੀ ਉਹ ਚੀਜ਼ ਹੀ ਦੇਣ ਆ ਕਿ ਜਿਹੜੇ ਉਸ ਮੁਲਕ ਦੇ ਮਹਾਨ ਲੋਕ ਸੀਗੇ ਜਿਹਨਾਂ ਨੇ ਆਜ਼ਾਦੀ ਲਈ, ਮਹਾਤਮਾ ਗਾਂਧੀ, ਡਾਕਟਰ ਅੰਬੇਦਕਰ ਤੇ ਜੋ ਮਤਲਬ ਪੰਡਿਤ ਜਵਾਹਰ ਲਾਲ ਨਹਿਰੂ, ਜੋ ਵੀ ਉਹਨਾਂ ਨੇ ਉਸ ਟਾਈਮ ਤੇ ਆਪਣੀ ਜ਼ਿੰਦਗੀ ਜੇਲ੍ਹਾਂ 'ਚ ਕੱਟੀ, ਇਹ ਸਾਨੂੰ ਆਹ ਅੱਛੇ ਦਿਨ ਦਿੱਤੇ, ਅਸੀਂ ਉਹਨਾਂ ਦੇ ਬੜੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੰਨੀ ਸਟਰਗਲ ਕਰਕੇ ਸਾਡੇ ਮੁਲਕ ਦੇ ਸਕੂਲ ਖੋਲ੍ਹੇ, ਸਾਨੂੰ ਗਿਆਨ ਦਿੱਤਾ, ਸਾਨੂੰ ਵਿਜ਼ਨ ਦਿੱਤਾ। ਸੋ ਆਮ ਆਲਵੇਜ਼ ਗ੍ਰੇਟਫੁਲ ਟੂ ਕਿ ਜਿਹੜੇ ਉਹਨਾਂ ਲੋਕਾਂ ਨੇ ਕੁਰਬਾਨੀ ਕੀਤੀ ਆ। ਮੈਂ ਹੋਰ ਕਿਸੇ ਪੋਲੀਟਿਕਸ ਵਿੱਚ ਨਹੀਂ ਪੈਣਾ ਚਾਹੁੰਦਾ, ਕਿਉਂਕਿ ਆਪ ਆਪਣਾ ਵੀ ਕਈ ਲੋਕਾਂ ਦਾ ਅਸਲ ਭਗਵੰਤ ਸਿੰਘ, ਕਈ ਲੋਕਾਂ ਦੇ ਦਿਮਾਗ 'ਚ ਐਸੀ ਪੋਇਜ਼ਨ ਚੜੀ ਹੋਈ ਆ ਸਦੀਆਂ ਤੋਂ, ਉਹ ਮੋੜ ਖੇਡ ਕੇ ਉਹੀ ਗੱਲ ਵਿੱਚ ਲੈਂਦੇ ਆ, ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਉਹ ਹਿੰਦੂ ਸਮਾਜ ਨੂੰ ਡਾਊਨ ਕਰਨਾ, ਹਿੰਦੁਸਤਾਨ ਦੇ ਲੋਕਾਂ ਨੂੰ, ਪਤਾ ਨਹੀਂ ਇਹਦੇ ਦਿਮਾਗ 'ਚ ਕੀ ਗੱਲ ਫਸੀ ਹੋਈ ਆ। ਇਹਨਾਂ ਲੋਕਾਂ ਨੇ ਜ਼ਿਆਦਾ ਨੁਕਸਾਨ ਕੀਤਾ ਸਾਡੇ ਸਮਾਜ ਦਾ। ਅਸੀਂ ਸਮਾਜ ਸਾਡਾ ਪੜ੍ਹਿਆ ਸੀ, ਸਭ ਕੁਛ ਰਿਹਾ ਸੀਗਾ, ਇਹ ਪੜ੍ਹੇ ਲਿਖੇ ਲੋਕ ਸੀਗੇ, ਇਹ ਚੰਦ ਕੁ ਲੋਕ ਉੱਠੇ, ਇਹਨਾਂ ਨੇ ਹੋਰ ਹੀ ਸਾਡੇ ਦਿਮਾਗ ਦੇ ਵਿੱਚ ਚੱਕਰ ਪਾ ਕੇ ਸਾਡੇ ਗਰੀਬ ਦਿਮਾਗ ਨੂੰ ਡਿਵਾਈਡ ਕਰਤਾ। ਇਹ ਡਿਵੀਜ਼ਨਾਂ ਕਰਕੇ ਭਗਵੰਤ ਸਿੰਘ ਅੱਜ ਸਾਡੀ ਆਹ ਹਾਲਤ ਆ। ਕਿਉਂ ਆ ਜਿਹੜੀ ਨਾ ਅੱਜ ਬੀਜੇਪੀ ਬੈਠੀ ਆ, ਇਹ ਸਾਡੀਆਂ ਡਿਵੀਜ਼ਨਾਂ ਕਰਕੇ ਬੈਠੀ ਆ। ਅਸੀਂ ਆਪਣੀ ਤਾਕਤ ਜਮਾਉਣ ਵਾਸਤੇ, ਆਪਣੀ ਤਾਕਤ ਯੂਪੀ ਦੇ ਵਿੱਚ ਇਹੀ ਹੋਇਆ, ਜਿਹਨੂੰ ਉਹ ਮਾਇਆਵਤੀ ਜਿਹਨੂੰ ਪੰਡਤਾਂ ਦੇ ਚੱਕਰ 'ਚ ਆ ਕੇ ਉਹਨੇ ਮਤਲਬ ਕਾਂਗਰਸ ਦੀ ਜਾਂ ਜਿਹੜੀ ਸੋਸ਼ਲਿਸਟ ਗੌਰਮੈਂਟ ਸੀ ਉਹਨੂੰ ਚੱਕ ਕੇ ਬਾਹਰ ਮਾਰਿਆ। ਉਸ ਤੋਂ ਬਾਅਦ ਪੰਜਾਬ ਵਿੱਚ ਆਣ ਕੇ ਉਹੀ ਉਹਨੇ ਜਿਹਨੂੰ ਫਿਰ ਉਹੀ ਚੱਕਰ ਚਲਾਇਆ, ਜਿਹੜੀ ਮਤਲਬ ਜਿਹੜੀ 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 ਜਮਾਤ ਸਾਡੇ ਖਿਲਾਫ ਆ ਉਹਦੇ ਨਾਲ ਫੇਰ ਰਲ ਗਿਆ। ਚਲੋ ਮੈਂ ਬੜਾ ਪੋਕਸ਼ਨ ਪਰ ਜਿਹਨਾਂ ਨੂੰ ਮੈਂ ਇਹਨੂੰ ਜੋ ਅਕਲ ਦੇਣੀ ਹੋਵੇ ਤਾਂ ਮੈਂ ਦੇ ਸਕਦਾ, ਪਰ ਮੈਂ ਕਹਿੰਦਾ ਛੱਡੋ, ਪਰ ਇਹਨੇ ਦਿਮਾਗ 'ਚ ਨੁਕਸ ਪਿਆ ਹੈਗਾ, ਇਹਨੂੰ ਕੱਢਣਾ ਬਹੁਤ ਮੁਸ਼ਕਲ ਹੈ। ਬਹੁਤ ਮਿਹਰਬਾਨੀ ਪੰਚ ਸਿੰਘ ਜੀ, ਮੈਂ ਹੋਰ ਗੱਲ ਪਾਸੇ ਚੱਲਣਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਦੋਸਤੋ ਮਾਫ਼ ਕਰਨਾ ਅਗਰ ਕਿਸੇ ਨੂੰ ਕੋਈ ਗੱਲ ਪਸੰਦ ਨਾ ਆਈ ਹੋਵੇ, ਉਹਦੇ ਲਈ ਅਸੀਂ ਗੁਸਤਾਖੀ ਲਈ ਮਾਫ਼ ਹੈਗੇ ਹਾਂ। ਦੋਸਤੋ ਜਦੋਂ ਆਪਾਂ ਗੱਲ ਅਧਿਆਪਕਾਂ ਦੀ, ਗੁਰੂਆਂ ਦੀ ਕਰਦੇ ਹਾਂ, ਪਹਿਲਾਂ ਆਪਾਂ ਗੁਰੂਆਂ ਦੀ ਗੱਲ ਕਰ ਲੈਂਦੇ ਕਿ ਜਿਹੜੇ ਟੀਚਰਸ ਨੇ, ਟੀਚਰ ਤੁਸੀਂ ਜਿੱਥੇ ਇੱਕ ਪਾਸੇ ਜੋਤੀਬਾਈ ਫੂਲੇ, ਸੁਵਿੱਤਰੀ ਬਾਈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੇ ਸਾਡੇ ਲਈ ਤਨੋ ਮਨੋਂ ਚਾਹਿਆ ਕਿ ਲੋਕ ਸਾਡੇ ਲੋਕ ਪੜ੍ਹ ਜਾਣ, ਅਤੇ ਇੱਕ ਪਾਸੇ ਇਸ ਤਰ੍ਹਾਂ ਦੇ ਵੀ ਗੁਰੂ ਹੋਏ ਨੇ, ਦਰੋਣਾਚਾਰਿਆ ਜਿਹੜਾ ਕਿ ਕੌਰਵਾਂ ਦੇ ਪਾਂਡਵਾਂ ਦੇ ਦੋਵਾਂ ਨੂੰ ਸਿੱਖਿਆ ਦਿੰਦਾ ਸੀਗਾ, ਉਸ ਨੇ ਇਕਲੱਬੇ ਨਾਂ ਦੇ ਇੱਕ ਆਪਣੇ ਵਿਦਿਆਰਥੀ ਨੂੰ, ਆਪਣੇ ਚੇਲੇ ਨੂੰ ਨਾ ਕਰਤੀ ਸੀ ਕਿ ਤੈਨੂੰ ਨਹੀਂ ਦੇਣਾ। ਉਹਦੇ ਕਾਰਨ ਜਿੱਥੇ ਪਹਿਲਾਂ ਮੈਂ ਪੜ੍ਹਿਆ ਸੀ ਉਹ ਕਹਿੰਦੇ ਸੀ ਕਿ ਆਦਿਵਾਸੀ ਸੀ, ਇਸ ਕਰਕੇ ਨਹੀਂ ਦਿੱਤਾ ਗਿਆ, ਅਤੇ ਕਈ ਕਹਿੰਦੇ ਨਹੀਂ ਜੀ ਉਹਨਾਂ ਦੇ ਵਿੱਚੋਂ ਉਹ ਕੌਰਵਾਂ ਦੇ ਵਿੱਚੋਂ ਸੀ, ਉਹਦੀ ਪਾਂਡਵਾਂ ਦੇ ਵਿੱਚੋਂ ਸੀ, ਤਾਂ ਉਹ ਇੱਕ ਦੂਜੇ ਨੂੰ ਮਾਰ ਦੇਣਗੇ, ਉਹ ਤੇਜ਼ ਹੋ ਗਿਆ, ਤਾਂ ਕਈ ਤਰ੍ਹਾਂ ਦੀਆਂ ਗੱਲਾਂ, ਪਰ ਜਿਹੜੀ ਹੈ ਤਾਂ ਸਾਰੀ ਮਿਥਿਓਲੋਜੀ, ਪਰ ਸਾਡੇ ਲਈ ਸੋਚਣ ਲਈ ਬਹੁਤ ਜ਼ਰੂਰੀ ਆ। ਅਤੇ ਜਦੋਂ ਉਹ ਉਸ ਦੀ ਮੂਰਤੀ ਬਣਾ ਕੇ ਦਰੋਣਾਚਾਰਿਆ ਦੀ ਉਹਨੇ ਜਿਹੜੀ ਪ੍ਰੈਕਟਿਸ ਕੀਤੀ, ਅਧਿਐਨ ਕੀਤਾ, ਉਹ ਇੰਨਾ ਤੀਰਅੰਦਾਜ਼ੀ ਦੇ ਵਿੱਚ ਉਹ ਇੰਨਾ ਜ਼ਿਆਦਾ ਤੇਜ਼ ਹੋ ਗਿਆ ਸੀ ਕਿ ਉਹਨੇ ਇੱਕ ਭੌਂਕਦੇ ਹੋਏ ਕੁੱਤੇ ਦਾ ਮੂੰਹ ਬਿੰਨ ਦਿੱਤਾ ਸੀ, ਇਹ ਕਹਿੰਦੇ ਨੇ। ਅਤੇ ਜਦੋਂ ਉਹਨੂੰ ਉਹ ਗਿਆ ਸੀ ਮੁੜ ਕੇ, ਤਾਂ ਉਹ ਕੁੱਤਾ ਸ਼ਾਇਦ
ਪਾਂਡੂਆਂ ਦਾ ਸੀ, ਖਰੇ ਕੌਰਵਾਂ ਦਾ ਸੀ, ਕੁੱਤਾ ਤੋਂ ਕੁੱਤਾ ਸੀ, ਪਤਾ ਨਹੀਂ ਲੱਗ ਸਕਿਆ। ਅਤੇ ਉਹ ਦੇਖਣ ਗਏ ਕਿਹਨੇ ਕੀਤਾ, ਤਾਂ ਉਹਨੂੰ ਜੇ ਦੇਖਿਆ ਤਾਂ ਉਹ ਇਕਲੱਬੇ ਸੀਗਾ ਜਿਹਨੇ ਇਹ ਕੀਤਾ ਸੀਗਾ। ਅਤੇ ਉਹਨੇ ਦਰੋਣਾਚਾਰਿਆ ਨੇ ਆ ਕੇ ਉਹਨੂੰ ਪੁੱਛਿਆ ਵੀ ਇਹ ਤੂੰ ਕਿੱਦਾਂ, ਤੂੰ ਇਹਨਾਂ ਤੀਰ ਅੰਦਾਜ਼ ਕਿੱਥੋਂ ਹੋ ਗਿਆ? ਤਾਂ ਉਹ ਕਹਿੰਦਾ ਜੀ ਤੁਸੀਂ ਮੇਰੇ ਗੁਰੂ ਹੋ, ਦੇਖੋ ਤੁਹਾਡੀ ਮੈਂ ਮੂਰਤੀ ਬਣਾ ਕੇ ਰੱਖੀ ਆ। ਸੋ ਉਸ ਨੇ ਕਿਸ ਤਰ੍ਹਾਂ ਉਹਦੇ ਦਿਮਾਗ ਦੇ ਵਿੱਚ ਇੱਕ ਆਪਾਂ ਪੰਜਾਬੀ 'ਚ ਕਨਿੰਗ ਕਹਿੰਦੇ ਹਾਂ ਜਾਂ ਹੇਰਾਫੇਰੀ ਆਈ ਕਿ ਇਹ ਬੰਦੇ ਨੂੰ ਕਿੱਦਾਂ ਰੋਕਿਆ ਜਾਵੇ, ਤਾਂ ਬਹੁਤ ਜ਼ਿਆਦਾ ਤੇਜ਼ ਆ। ਅਤੇ ਉਹਨੇ ਕਿਹਾ ਵੀ ਤੂੰ ਮੈਨੂੰ ਗੁਰਦਕਸ਼ਣਾ ਦੇ। ਅਤੇ ਉਹਨੇ ਗੁਰਦਕਸ਼ਣਾ ਦੇ ਵਿੱਚ ਉਸਦੇ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਲੈ ਲਿਆ ਸੀ ਜਿਹਦੇ ਨਾਲ ਤੀਰ ਚੱਲਦਾ ਸੀ। ਅਤੇ ਇਹ ਮਤਲਬ ਕਿ ਤੁਹਾਨੂੰ ਇਹ ਸੋਚਣਾ ਪਊਗਾ ਜਿਹੜਾ ਜਿਹੜਾ ਅਧਿਆਪਕ ਆ ਤੁਹਾਡਾ ਉਹਦੇ ਮਨ ਦੇ ਵਿੱਚ ਕੀ ਆ, ਜੋ ਜਾਤ ਪਾਤ ਨਾਲ ਲੱਥ ਪੱਥ ਹੈ ਉਹ ਤੁਹਾਨੂੰ ਕਦੇ ਚੰਗੀ ਸਿਕਸ਼ਾ ਨਹੀਂ ਦਊਗਾ, ਉਹ ਤੁਹਾਨੂੰ ਹਮੇਸ਼ਾ ਕੋਸ਼ ਕਰੂਗਾ ਕਿ ਰੋਲਾ ਪਏ। ਤਾਂ ਜਿਹੜੇ ਦਿਮਾਗ ਦੇ ਵਿੱਚ ਅਮੀਰੀ ਗਰੀਬੀ ਬੈਠੀ ਹੈ ਉਹ ਤੁਹਾਨੂੰ ਕਦੇ ਵੀ ਚੰਗੀ ਸਿਕਸ਼ਾ ਨਹੀਂ ਦਊਗਾ। ਅਤੇ ਜਾਂ ਉਹ ਲੋਕ ਜਿਨ੍ਹਾਂ ਨੇ ਜਿਹੜੀ ਸਿੱਖਿਆ ਆ, ਜਿਹੜੇ ਅਧਿਆਪਕ ਨੇ ਗੁਰੂ ਨੇ ਸਿੱਖਿਆ ਆਪਣੇ ਪਹਿ ਬਣਾਉਣ ਖਾਤਰ, ਜਿਸ ਤਰ੍ਹਾਂ ਬ੍ਰਾਹਮਣਵਾਦ ਦੇ ਵਿੱਚ ਪਹਿਲਾਂ ਹੁੰਦਾ ਹੋਇਆ ਅਤੇ ਜਾਂ ਹੁਣ ਤੱਕ ਹੁੰਦਾ ਆ ਰਿਹਾ ਜਾਂ ਅਜੇ ਵੀ ਚੱਲਦਾ ਪਿਆ, ਕਿ ਉਹ ਸਿੱਖਿਆ ਆਪਣਾ ਆਪਣਾ ਰੋਟੀ ਰੁਜ਼ਗਾਰ ਬਣਾਇਆ ਉਹਨਾਂ ਨੇ। ਉਹਨਾਂ ਨੂੰ ਇਹ ਮਤਲਬ ਨਹੀਂ ਕਿ ਅਸੀਂ ਬੱਚੇ ਪੜ੍ਹਾ ਕੇ ਜ਼ਿੰਦਗੀ ਦੇ ਯੋਗ ਬਣਾਉਣੇ ਨੇ, ਜ਼ਿੰਦਗੀ ਦੇ ਵਿੱਚੋਂ ਕਾਮਯਾਬ ਹੋਣ, ਉਹਨਾਂ ਦਾ ਇਹ ਮਕਸਦ ਨਹੀਂ। ਸੋ ਇਹ ਗੱਲ ਨੂੰ ਵੀ ਤੁਸੀਂ ਮੱਦੇਨਜ਼ਰ ਰੱਖ ਕੇ ਗੱਲ ਕਰਨੀ ਆ। ਅਤੇ ਜ਼ਰੂਰ ਗੱਲ ਕਰੋ ਕਿ ਜਿਹੜੀ ਸਿੱਖਿਆ ਆ ਉਹ ਬੱਚਿਆਂ ਨੂੰ ਚੰਗੀ ਕੌਣ ਦਊਗਾ, ਚੰਗੀ ਸਿੱਖਿਆ ਕਿੱਦਾਂ ਬਣਾਈ ਜਾਊਗੀ, ਸਕੂਲ 'ਚ ਕਿੱਦਾਂ ਬਣਾਏ ਜਾਣਗੇ, ਇਹ ਤੁਹਾਡੇ ਲਈ ਇੱਕ ਕਾਫੀ ਜ਼ਰੂਰੀ ਆ ਕਿ ਆਪਾਂ ਇਸ ਗੱਲ ਨੂੰ ਵਿਚਾਰੀਏ। ਅਤੇ ਜਾਂ ਜਿਹੜੀ ਪੜ੍ਹਾਈ ਆ, ਵਿੱਦਿਆ ਆ, ਉਹ ਕੀ ਸਿਰਫ ਨੌਕਰੀਆਂ ਹਾਸਲ ਕਰਨ ਲਈ, ਜਿੱਦਾਂ ਆਮ ਇਸ ਟਾਈਮ ਪ੍ਰੈਕਟਿਸ ਹੈਗੀ ਆ ਸਾਡੇ ਭਾਰਤ ਦੇ ਵਿੱਚ, ਕਿ ਪੜ੍ਹਨਾ ਸਿਰਫ ਇਹ ਕਿ 31 ਮਾਰਚ ਤੱਕ ਅਸੀਂ ਪੇਪਰ ਦੇਣੇ ਆ, ਇਗਜ਼ਾਮ ਦੇਣੇ ਨੇ, ਅਤੇ ਉਸ ਤੋਂ ਮਗਰੋਂ ਅਸੀਂ ਭੁੱਲ ਜਾਂਦੇ। ਆਪਾਂ ਸਾਰਿਆਂ ਦਾ ਹਾਲ ਇਹੀ ਰਿਹਾ, ਸਾਨੂੰ ਟ੍ਰੇਨ ਵੀ ਇਸੇ ਗੱਲੋਂ ਕੀਤਾ ਗਿਆ। ਅਤੇ ਉਹ ਇੱਕ ਉਮਰ ਤੱਕ ਠੀਕ ਆ ਰੱਟੇ ਲਵਾਉਣੇ, ਜੋ ਜ਼ਰੂਰੀ ਆ ਪਹਾੜਾਂ ਦੇ ਰੱਟੇ ਜਾਂ ABC ਦੇ ਰੱਟੇ ਜਾਂ ਕਾਖਰ ਦੇ ਰੱਟੇ ਲਾਉਣੇ ਜ਼ਰੂਰੀ ਆ, ਉਹ ਫਿਰ ਚੜ੍ਹ ਜਾਂਦੇ ਨੇ। ਪਰ ਇੱਕ ਜ਼ਿੰਦਗੀ ਦੇ ਵਿੱਚ ਉਹ ਇਹ ਸਮਝਾ ਕੇ ਕਿ ਭਾਈ ਜੇ ਤੁਹਾਨੂੰ ਇਹ ਜਿਹੜੇ 2 ਅਤੇ 2 4 ਆ ਤੁਹਾਨੂੰ ਅੱਗੇ ਜ਼ਿੰਦਗੀ 'ਚ ਕੰਮ ਆਉਣੇ ਆ, ਉਹਨਾਂ ਨੂੰ ਇਹ ਦੱਸਿਆ ਜਾਵੇ, ਜਿਹੜੀਆਂ ਕਿਤਾਬਾਂ ਤੁਸੀਂ ਪੜ੍ਹਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਚੰਗੀ ਜ਼ਰੂਰਤ ਆ। ਅਤੇ ਇੱਕ ਜਿਹੜਾ ਅਧਿਆਪਕ ਆ ਉਹ ਇੱਕ ਬੱਚੇ ਨੂੰ ਇੱਕ ਚੰਗਾ ਸਮਾਜ ਸੇਵੀ ਬਣਾ ਸਕਦਾ, ਇੱਕ ਚੰਗਾ ਇਨਸਾਨ ਬਣਾ ਸਕਦਾ। ਇਹ ਗੱਲ ਨੂੰ ਮੱਦੇਨਜ਼ਰ ਰੱਖ ਕੇ ਆਪਾਂ ਗੱਲ ਕਰਾਂਗੇ ਜ਼ਰੂਰ। ਥੈਂਕ ਯੂ। ਹਾਂਜੀ, ਕੌਣ ਲੈ ਲਓ? ਹਾਂਜੀ, ਕਾਂਸ਼ੀ ਟੀਵੀ ਦਾ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਦੋਨਾਂ ਨੂੰ ਜੈਗੁਰਦੇਵ। ਜੈਗੁਰਦੇਵ ਜੀ, ਮਹਾਰਾਜ ਸ਼ੁਭ ਨਾਮ ਦੱਸ ਦਿਆ ਕਰੋ ਪਲੀਜ਼। ਮਿਹਰਬਾਨ ਸਾਹਿਬ ਬੋਲ ਰਿਹਾ। ਹਾਂ ਮੀਟਾ ਸਾਹਿਬ, ਕੀ ਹਾਲ ਚਾਲ ਨੇ? ਮਾਫ਼ ਕਰਨਾ, ਮਤਲਬ ਇਹ ਹੁੰਦਾ ਵੀ ਸਾਨੂੰ ਇਹ ਪੁੱਛਣਾ ਪੈਂਦਾ ਜ਼ਰੂਰ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਤੁਸੀਂ ਕੋਈ ਗੁਨਾਹ ਨਹੀਂ ਕਰ ਰਹੇ। ਪਹਿਲੀ ਤਾਂ ਗੱਲ ਹੈ ਕਿ ਮੈਂ ਤੁਹਾਨੂੰ ਦੋਨਾਂ ਨੂੰ ਬਹੁਤ ਤੁਹਾਡੀ ਤਾਰੀਫ ਕਰਦਾ ਕਿ ਤੁਸੀਂ ਅੱਜ ਬਹੁਤ ਹੀ ਵਧੀਆ ਸੂਟ ਬੂਟ ਪਾ ਕੇ ਭੇਜੇ ਦੋਨੇ। ਇਨਵੈਸਟਮੈਂਟ ਕਰਤੀ ਮਹਾਰਾਜ, ਥੋੜੇ ਥੋੜੇ ਪੈਸੇ ਲਾ ਦਿੱਤੇ ਅਸੀਂ ਵੀ। ਮੈਨੂੰ ਬਹੁਤਾ ਤਾਂ ਨਹੀਂ ਪਤਾ ਕਿ ਟੌਪਿਕ ਕੀ ਚੱਲ ਰਿਹਾ, ਮੈਂ ਗੱਲਾਂ ਤਾਂ ਸਾਰੀਆਂ ਚੌਹਾਨ ਸਾਹਿਬ ਦੀਆਂ ਸੁਣੀਆਂ, ਆਪਣੇ ਸੁਮਨ ਸਾਹਿਬ ਦੀਆਂ ਵੀ ਗੱਲਾਂ ਸੁਣੀਆਂ। ਟੌਪਿਕ ਹੈ ਜੀ ਆਪਣਾ ਟੀਚਰ, ਜਿਹੜਾ ਸਿਕਸ਼ਕ ਦਿਵਸ ਜਿਹੜਾ 5 ਸਤੰਬਰ ਨੂੰ ਲੰਘ ਕੇ ਗਿਆ ਨਾ, ਹਾਂਜੀ, ਉਸ ਦੇ ਬਾਰੇ ਗੱਲ ਕਰਦੇ ਹਾਂ ਵੀ ਕਿ ਜਿਹੜੀ ਇੱਕ ਟੀਚਰ ਹੈ, ਗੁਰੂ ਆ, ਅਧਿਆਪਕ ਆ, ਉਹਦੀ ਤੁਹਾਡੀ ਜ਼ਿੰਦਗੀ 'ਚ ਮਹੱਤਤਾ ਕਿੰਨੀ ਆ, ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਨੂੰ ਬਣਾਉਂਦਾ ਆ, ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਦਾ? ਠੀਕ ਆ, ਪਹਿਲੀ ਤਾਂ ਗੱਲ ਇਹ ਆ ਕਿ ਇਹ ਬਹੁਤ ਅੱਛਾ ਤਿਉਹਾਰ ਮਨਾ ਰਹੇ, ਦਿਨ ਮਨਾ ਰਹੇ ਹਾਂ ਤੁਸੀਂ ਟੀਚਰਸ ਦਾ, ਕਿਉਂਕਿ
ਜਿਸ ਤਰ੍ਹਾਂ ਚੌਹਾਨ ਸਾਹਿਬ ਨੇ ਕਿਹਾ ਸੀ ਕਿ ਡਾਕਟਰ ਸਾਹਿਬ ਨੇ ਪਹਿਲਾਂ ਨਾਰਾ ਦਿੱਤਾ ਸੀ ਐਜੂਕੇਟ, ਔਰ ਸਾਡੇ ਲੋਕਾਂ ਨੂੰ ਤਾਂ ਐਜੂਕੇਸ਼ਨ ਹੁੰਦੀ ਨਹੀਂ ਸੀ, ਉਹਨਾਂ ਨੇ ਸਾਰੀ ਵਿਸਥਾਰ ਵਿੱਚ ਜਦ ਬਾਪੂ ਲੇ ਅਤੇ ਸਵਿਤਰੀ ਬਾਪੂ ਲੇ ਦਾ ਨਾਂ ਲਿਆ, ਸ਼ਾਹੂ ਜੀ ਮਹਾਰਾਜ ਅਤੇ ਡਾਕਟਰ ਅੰਬੇਦਕਰ ਵੀ, ਅਤੇ ਸਾਰੀਆਂ ਗੱਲਾਂ ਉਹਨਾਂ ਨੇ ਵਿਸਥਾਰ ਵਿੱਚ ਕੀਤੀਆਂ, ਸੋਸਾਇਟੀ ਦੀ ਵੰਡ ਦੇ ਬਾਰੇ ਵੀ ਕੀਤੀਆਂ। ਪਰ ਮੈਂ ਇੱਧਰ ਨਹੀਂ ਜਾਣਾ ਚਾਹੁੰਦਾ, ਹਾਂਜੀ, ਕਿਉਂਕਿ ਮੈਂ ਥੋੜ੍ਹਾ ਜਿਹਾ ਇਸੇ ਟੌਪਿਕ 'ਤੇ ਰਹਿਣਾ ਚਾਹੁੰਦਾ ਕਿ ਟੀਚਰ ਜਿਹੜਾ ਹੈ ਉਹ ਕਿੱਦਾਂ ਦਾ ਹੋਣਾ ਚਾਹੀਦਾ, ਕਿਉਂਕਿ ਉਹਨੇ ਸਮਾਜ ਦੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਸੇਧ ਦੇਣੀ ਹੁੰਦੀ ਹੈ, ਉਹਨਾਂ ਨੂੰ ਤਿਆਰ ਕਰਨਾ ਹੁੰਦਾ ਲਾਈਫ ਵਾਸਤੇ। ਇੱਥੇ ਸਕੂਲਾਂ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਨਾ ਪ੍ਰਾਈਮਰੀ ਸਕੂਲ ਦੀਆਂ ਸ਼ੁਰੂ ਹੁੰਦੇ ਆ, ਹਾਂਜੀ, ਤਾਂ ਉੱਥੇ ਉਹਨਾਂ ਨੂੰ ਜ਼ਿਆਦਾ ਪੜ੍ਹਾਇਆ ਜਾਂਦਾ, ਰੀਡਿੰਗ ਦੀ ਜ਼ਿਆਦਾ ਕਰਵਾਈ ਜਾਂਦੀ ਹੈ, ਜਿਹੜੀ ਕਿ ਸਾਡੇ ਉੱਥੇ ਇੰਨੀ ਰੀਡਿੰਗ ਨਹੀਂ ਕਰਵਾਈ ਜਾਂਦੀ। ਕਿਉਂਕਿ ਇੱਥੇ ਮੈਂ ਦੇਖਿਆ ਲਾਇਬ੍ਰੇਰੀ ਜਾ ਕੇ, ਅਤੇ ਜਿਹੜੇ ਮਾਂ ਪਿਓ ਬੱਚਿਆਂ ਨੂੰ ਉੱਥੇ ਲਾਇਬ੍ਰੇਰੀ ਜਾ ਕੇ ਕਿਤਾਬਾਂ ਲੈ ਕੇ ਉੱਥੇ ਬਹਿ ਕੇ ਪੜ੍ਹਦੇ ਆ, ਇਹ ਜਿਹੜੀ ਰਵਾਇਤ ਆ ਸਾਡੇ ਦੇਖਣ 'ਚ ਨਹੀਂ ਆਈ ਆਪਣੇ। ਮੈਂ ਤਾਂ ਪੰਜਾਬ 'ਚ ਰਿਹਾ, ਤਾਂ ਪੰਜਾਬ 'ਚ ਲਾਇਬ੍ਰੇਰੀ ਨਹੀਂ ਹੈਗੀਆਂ, ਜਿਹੜੀਆਂ ਸੀਗੀਆਂ ਉਹ ਵੀ ਬੰਦ ਕਰ ਦਿੱਤੀਆਂ। ਦੈਟਸ ਬਿਸਾਈਡ ਦਾ ਪੁਆਇੰਟ, ਬੰਦ ਕਰਤੀਆਂ ਨਹੀਂ ਕਰਦੀਆਂ, ਉਹ ਤਾਂ ਇਕਨੋਮਿਕ ਸਿਚੁਏਸ਼ਨ ਦੇ ਹਿਸਾਬ ਨਾਲ, ਪਰ ਜਿਹੜੀਆਂ ਹੈਗੀਆਂ ਉੱਥੇ ਮੈਂ ਦੇਖਿਆ। ਕਿਉਂਕਿ ਮੈਨੂੰ ਯਾਦ ਆ ਕੁਛ ਸਾਲ ਪਹਿਲੇ, ਤਕਰੀਬਨ 12-13 ਸਾਲ, 14 ਸਾਲ, 15 ਸਾਲ ਪਹਿਲਾਂ ਮੈਂ ਇੱਕ ਐਡ ਬੋਲ ਹੁੰਦਾ ਸੀਗਾ, ਸੈਕਟਰੀ ਆਫ ਸਟੇਟ ਹੁੰਦਾ ਸੀ ਐਜੂਕੇਸ਼ਨ ਦਾ, ਜਿਹਦੀ ਵਾਈਫ ਅੱਜ ਕੱਲ੍ਹ ਹੋਮ ਸੈਕਟਰੀ ਬਣੀ ਹੋਈ ਆ, ਇਵੈਟ। ਅੱਛਾ ਜੀ। ਉਹਨੂੰ ਮੈਂ ਇੱਕ ਸਿਫਾਰਿਸ਼ ਕੀਤੀ ਸੀ ਕਿ 150 ਸਾਲ ਦੇ ਵਿੱਚ ਇੱਕ ਸਬਸਟੈਂਸ਼ੀਏਟਡ ਜਿਹੜੀ ਲਾਇਬ੍ਰੇਰੀ ਹੋਣੀ ਚਾਹੀਦੀ ਆ, ਜਿਹੜੀ ਕਿ ਉਹਨੇ ਕਿਤੇ ਕੰਪਿਊਟਰਾਈਜ਼ ਆ ਸਾਰਾ ਕੁਛ ਕਿਤਾਬਾਂ, ਪਰ ਇੰਨੀਆਂ ਨਹੀਂ ਹੈਗੀਆਂ ਜਿੰਨੀ ਕਿ ਹੋਣੀਆਂ ਚਾਹੀਦੀਆਂ, ਪਰ ਸਟਿਲ ਮੋਰ ਦੈਨ ਸਫੀਸ਼ੀਐਂਟ। ਜੋ ਉੱਥੇ ਬੱਚੇ ਮੈਂ ਪੜ੍ਹਦੇ ਦੇਖੇ, ਇਹ ਚੀਜ਼ ਜਿਹੜੀ ਆ ਸਾਡੇ ਕਿਸੇ ਵੀ ਸਕੂਲ ਦੇ ਵਿੱਚ, ਪਹਿਲਾਂ ਤਾਂ ਲਾਇਬ੍ਰੇਰੀ ਨਹੀਂ ਹੁੰਦੀਆਂ, ਜੇ ਲਾਇਬ੍ਰੇਰੀ ਹੁੰਦੀ ਆ ਤਾਂ ਉੱਥੇ ਬੱਚੇ ਜਿਹੜੇ ਆ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਪੜ੍ਹਨ ਦਾ, ਜਾਂ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ, ਜਾਂ ਉੱਥੇ ਰਵਾਇਤ ਨਹੀਂ ਹੈ, ਜਿਹੜੀ ਕਿ ਬਹੁਤ ਵੱਡੀ ਘਾਟ ਹੈ। ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਨਾ, ਪੜ੍ਹਾਈ ਘੋਟਾ ਲਾ ਕੇ ਜੋਬਾਂ ਲੈਣੀਆਂ, ਉਹਦੇ ਵਿੱਚ ਰੁਕਾਵਟ ਆਉਂਦੀ ਹੈ, ਕਿਉਂਕਿ ਜਿਹੜਾ ਤੁਹਾਨੂੰ ਨੌਲੇਜ ਹੈ ਉਹ ਨਹੀਂ ਪਤਾ। ਜਿੱਦਾਂ ਹੁਣ ਮੇਰ ਸਾਹਿਬ ਨੇ ਕਿਹਾ ਸੀ, ਨੌਲੇਜ ਆਪਣੇ ਆਪ 'ਚ ਕੋਈ ਪਾਵਰ ਨਹੀਂ ਰੱਖਦਾ, ਜਦੋਂ ਤੁਸੀਂ ਨੌਲੇਜ ਨੂੰ ਅਪਲਾਈ ਕਰਦੇ ਹਾਂ ਉਹਦੀ ਪਾਵਰ ਲੱਖਾਂ ਗੁਣਾ ਵੱਧ ਜਾਂਦੀ ਹੈ। ਇਹ ਐਕਸ਼ਨ ਜਿਹੜਾ, ਇਹਨਾਂ ਨੇ ਗੱਲ ਐਕਸ਼ਨ ਲਫ਼ਜ਼ ਯੂਜ ਕੀਤਾ ਸੀ, ਇਹ ਐਕਸ਼ਨ ਜਿਹੜਾ ਆ ਲਾਇਬ੍ਰੇਰੀ 'ਚ ਤੁਸੀਂ ਜਾਂਦੇ ਹਾਂ, ਉੱਥੇ ਐਕਸ਼ਨ ਪ੍ਰੋਡਿਊਸ ਕਰਦੇ ਹਾਂ, ਕਿਤਾਬਾਂ ਚੱਕ ਕੇ ਪੜ੍ਹਦੇ ਹਾਂ, ਡਿਫਰੈਂਟ ਡਿਫਰੈਂਟ ਕਿਤਾਬਾਂ, ਡਿਫਰੈਂਟ ਡਿਫਰੈਂਟ ਔਥਰ ਦੀਆਂ ਕਿਤਾਬਾਂ ਪੜ੍ਹਦੇ ਹਾਂ ਆਪਣੇ ਲੈਵਲ ਦੇ ਹਿਸਾਬ ਨਾਲ, ਔਰ ਉਸੇ ਹਿਸਾਬ ਨਾਲ ਉੱਥੇ ਕਿਤਾਬਾਂ ਰੱਖੀਆਂ ਹੋਣੀਆਂ ਚਾਹੀਦੀਆਂ। ਸਕੂਲ ਤਾਂ ਅਸੀਂ ਬਣਾਉਂਦੇ, ਲੇਕਿਨ ਲਾਇਬ੍ਰੇਰੀ ਨਹੀਂ ਅਸੀਂ ਇਨਵੈਸਟ ਕਰਦੇ, ਇਸ ਲੈਬੋਰਟਰੀ 'ਚ ਵੀ ਨਹੀਂ ਇਨਵੈਸਟ ਕਰਦੇ ਅਸੀਂ, ਇਹ ਘਾਟ ਹੈ। ਹੁਣ ਗੱਲ ਇਹ ਹੈ ਕਿ ਜਿਹੜਾ ਨੌਲੇਜ ਹੈ ਟੀਚਰ ਜਿਹੜਾ ਆ, ਅਗਰ ਉਹਦਾ ਨੌਲੇਜ ਲਿਮਿਟਡ ਹੋਏਗਾ ਤਾਂ ਉਹ ਗਾਂ ਬੱਚਿਆਂ ਨੂੰ ਕੀ ਦਊਗਾ, ਠੀਕ ਹੈ ਨਾ, ਬਰਬਾਦੀ ਦਊਗਾ ਉਹਦੀ, ਸਾਰੀ ਉਮਰ ਦੀ ਬਰਬਾਦੀ ਹੈ ਬੱਚੇ ਦੀ, ਉਹਦੀ ਆਪਣੇ ਲਿਮਿਟਡ ਹੈ, ਤੇ ਉਹ ਬੱਚੇ ਵੀ ਜਿਹੜਾ ਨੌਲੇਜ ਉਹਨਾਂ ਦਾ ਲਿਮਿਟਡ ਹੋਏਗਾ। ਦੂਸਰੀ ਗੱਲ ਹੈ ਕਿ ਉਹ ਜਿੱਦਾਂ ਇਹਨਾਂ ਨੇ ਵਿਜ਼ਨ ਦੀ ਗੱਲ ਕੀਤੀ ਹੈ, ਜਿਹੜਾ ਵਿਜ਼ਨ ਜਾਣਾ ਉਹ ਬਿਨਾਂ ਰੀਡਿੰਗ ਤੋਂ ਨਹੀਂ ਕ੍ਰੀਏਟ ਹੋਣਾ,
ਵਿਜ਼ਨ ਜਿਹੜਾ ਤੁਹਾਡੀ ਅੰਡਰਸਟੈਂਡਿੰਗ ਜਿਹੜੀ ਆ, ਇੰਟਲੈਕਚੁਅਲ ਪਾਵਰ ਆ, ਜਿਹੜੀ ਇੰਟੈਲੀਜੈਂਸ ਆ, ਉਹ ਕ੍ਰੀਏਟ ਨਹੀਂ ਹੋਣੀ ਜਿਹਦੇ ਕਿ ਤੁਸੀਂ ਕਿਤਾਬਾਂ ਵਾਈਡ ਰੀਡਿੰਗ ਨਹੀਂ ਕਰਦੇ, ਡਿਫਰੈਂਟ ਡਿਫਰੈਂਟ ਸਬਜੈਕਟ ਦੀਆਂ ਕਿਤਾਬਾਂ ਰੀਡ ਨਹੀਂ ਕਰਦੇ, ਕਿਉਂਕਿ ਦੁਨੀਆ ਦੇ ਵਿੱਚ ਤੁਸੀਂ ਵਿਚਾਂ ਤੋਂ ਹਰ ਤਰ੍ਹਾਂ ਦੇ ਸਬਜੈਕਟ ਲੁੱਕ ਲੈ ਕੇ ਤੁਰੇ ਫਿਰਦੇ ਪੜ੍ਹਦੇ ਆ, ਤਾਂ ਤੁਹਾਨੂੰ ਉਹਨਾਂ ਦੇ ਨਾਲ ਦੋ ਚਾਰ ਹੋਣਾ ਪੈਂਦਾ, ਤਾਂ ਡੈਫੀਨੇਟਲੀ ਤੁਸੀਂ ਉਹਨਾਂ ਤੱਕ ਦੋ ਚਾਰ ਨਹੀਂ ਹੋਵੋਗੇ ਜਿਹਦੇ ਲਈ ਕਿ ਤੁਹਾਨੂੰ ਰੀਡਿੰਗ ਜਿਹੜੀ ਆ ਤੁਹਾਡੀ ਉਹ ਵਾਈਡ ਨਹੀਂ ਹੈਗੀ। ਜਿਹੜੀ ਗੱਲ ਦੇਖੋ, ਇਹ ਮੇਰੇ ਨਾਲ ਵੀ ਹੋਈ ਹੈ, ਮੇਰਾ ਇੰਨੀ ਨਹੀਂ ਹੋਈ ਜਿੰਨੀ ਕਿ ਤੁਸੀਂ ਬਿਆਨ ਕਰਦੇ ਸਾਰੇ ਕਰਦੇ। ਕੋਈ ਮੈਂ ਜਦੋਂ ਸਕੂਲ ਜੁਆਇਨ ਕੀਤਾ ਸੀ ਪ੍ਰਾਇਮਰੀ, ਉਦੋਂ ਮੁਸਲਮਾਨਾਂ ਦਾ ਸਕੂਲ ਸੀਗਾ, ਉੱਥੇ ਇੱਦਾਂ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਜਦੋਂ ਹਾਈ ਸਕੂਲ ਉਹ ਆਰੀਆ ਸਮਾਜ ਜਿਹਨਾਂ ਸੀਗਾ, ਐਂਗਲੋ ਸੰਸਕ੍ਰਿਤ ਉਹ ਇਹ ਸੀਗਾ, ਅਤੇ ਉੱਥੇ ਵੀ ਮੈਨੂੰ ਬਹੁਤ ਹੀ ਨਹੀਂ ਤਕਲੀਫ ਹੋਈ। ਕਾਲਜ 'ਚ ਥੋੜ੍ਹੀ ਜਿਹੀ ਮੈਨੂੰ ਤਕਲੀਫ ਹੋਈ ਹੈ, ਹਾਲਾਂਕਿ ਉੱਥੇ ਵਿਤਕਰਾ ਨਹੀਂ ਸੀਗਾ, ਲੇਕਿਨ ਸਾਡਾ ਵਿਤਕਰਾ ਇਹ ਸੀਗਾ ਕਿ ਸਾਨੂੰ ਸਟੂਡੈਂਟਸ ਨੂੰ ਸਟਾਈਪੈਂਡ ਜਿਹੜਾ ਆ ਉਹ ਬਜਾਇਰ ਸੈਂਟਰ ਦੇ ਪੰਜਾਬ ਦਾ ਉਹ ਠੋਸਦੇ ਸੀ, ਸੁਪਰਿੰਟੈਂਡੈਂਟ ਜਿਹੜਾ ਸੀ ਐਡਮਿਨਿਸਟ੍ਰੇਸ਼ਨ ਦਾ ਪੰਡਿਤ ਸੀਗਾ ਉਹ, ਅਤੇ ਉਹ ਮਤਲਬ ਅਸੀਂ ਉਹਦੇ ਨਾਲ ਫਾਈਟ ਕਰਕੇ ਇਹ ਐਸਟੈਬਲਿਸ਼ ਕੀਤਾ ਕਿ 1959 ਦੀ ਗੱਲ ਕਰ ਰਿਹਾ ਮੈਂ, 1955 'ਚ ਮੈਂ ਕਾਲਜ ਗਿਆ, 16 ਸਾਲ ਦੀ ਮੇਰੀ ਉਮਰ ਸੀ। ਉੱਥੇ ਮੈਂ ਉਹਨਾਂ ਫਾਈਟ ਕੀਤੀ, ਅਸੀਂ ਉਸ ਸੈਂਟਰ ਗਮ ਦਾ ਵਜ਼ੀਫਾ ਲਿਆ, ਉਹ ਸਾਰਾ ਪੰਜਾਬ ਦੇ ਵਿੱਚ ਪ੍ਰਚਲਿਤ ਕਰਵਾਇਆ ਸੀ, ਕਿਉਂਕਿ ਅਸੀਂ ਉੱਥੇ ਸ਼ਗੂਰਾ ਫੈਡਰੇਸ਼ਨ ਬਣਾਈ ਸੀ ਕਾਲਜ ਦੇ ਵਿੱਚ ਆਪਣੇ, ਅਤੇ ਅਸੀਂ ਤਕਰੀਬਨ ਉਸ ਵੇਲੇ 1959 'ਚ ਬਣਾਏ ਸੀ, 150 ਸਟੂਡੈਂਟ ਸੀ ਆਪਣੀ ਕਮਿਊਨਿਟੀ ਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਵਾਈਡ ਰੀਡਿੰਗ ਹੈ, ਹੁਣ ਆਉਂਦੇ ਹਾਂ ਅਸੀਂ 21st ਸੈਂਚਰੀ 'ਚ ਵਿਚਰ ਰਹੇ ਹਾਂ, ਹੁਣ ਗੱਲਾਂ ਜਿਹੜੀਆਂ ਵੀ ਅਸੀਂ ਪੁਆਇੰਟ ਆਫ ਵਿਊ ਦਿੰਦੇ ਹਾਂ ਉਹ 1920 ਸੈਂਚਰੀ ਦੇ ਮੁਤਾਬਕ ਦਿੰਦੇ ਹਾਂ, ਜਾਂ ਪਿੱਛੇ ਚਲੇ ਜਾਂਦੇ ਹਜ਼ਾਰਾਂ ਸਾਲ ਵੇਦਾਂ ਦੇ ਜ਼ਮਾਨੇ ਮਹਾਂਭਾਰਤ ਉਹਦੇ ਬਾਰੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਗੱਲਾਂ ਕਰਨੀਆਂ ਮਾੜੀਆਂ ਜਾਂ ਉਹ ਤੋਂ ਸਬਜੈਕਟ ਉਹ ਤੋਂ ਜਿਹੜੇ ਨੌਲੇਜ ਲੈਣਾ ਜਾਂ ਉਹ ਤੋਂ ਸਬਕ ਸਿੱਖਣੇ ਕੋ ਮਾੜੇ ਆ, ਇਹ ਨੋਰਮਲ ਪ੍ਰੋਸੀਜਰ ਹੈਗਾ ਲਾਈਫ ਦਾ, ਲੇਕਿਨ ਮੈਂ ਇਹ ਜ਼ਰੂਰ ਕਹਿੰਦਾ ਉਹ ਤਾਂ ਜੀ ਫਿਰ ਮੁੜ ਕੇ ਉਹ ਮਨੁਸਮ੍ਰਿਤੀ ਪੜਾਉਣਾ ਚਾਹੁੰਦੇ ਨੇ, ਫਿਰ ਮੁੜ ਕੇ ਆਪਾਂ ਨੂੰ ਜਾਣਾ ਤਾਂ ਪੈਣਾ ਹੀ ਆ। ਦੇਖੋ ਜੀ, ਤੁਹਾਡੇ ਤੇ ਇੱਕ ਤੁਸੀਂ ਪੜ੍ਹਨਾ ਕਿ ਨਹੀਂ, ਮੈਂ ਦੇਖੋ ਮੈਂ ਹਿੰਦੂਆਂ ਦੇ ਕਾਲਜ ਪੜ੍ਹਿਆ, ਹਿੰਦੂਆਂ ਸਕੂਲ 'ਚ ਪੜ੍ਹਿਆ, ਮੈਂ ਅੱਜ ਤੱਕ ਮਨੁਸਮ੍ਰਿਤੀ ਨਹੀਂ ਪੜ੍ਹੀ, ਮੈਨੂੰ ਕਿਸੇ ਨੇ ਮਨਜ਼ੂਰ ਨਹੀਂ ਕੀਤਾ। ਇਹ ਮਿੱਥ ਤੁਹਾਨੂੰ ਆਪਣੇ ਦਿਮਾਗ 'ਚੋਂ ਕੱਢਣੀ ਪੈਣੀ ਹੈ। ਯੂ ਆਰ ਦ ਪਰਸਨ ਹੂ ਵਾਂਟਸ ਟੂ ਲਿਵ ਯੂਰ ਲਾਈਫ ਇਨ ਮਾਡਰਨ ਇੰਡੀਆ, ਔਰ ਯੂ ਆਰ ਗਿਵਨ ਦ ਰਾਈਟ ਟੂ ਐਜੂਕੇਸ਼ਨ, ਇਹ ਤੁਹਾਡੇ 'ਤੇ ਆ ਕਿ ਤੁਸੀਂ ਆਪਣੀ ਲਾਈਫ ਨੂੰ ਕਿੱਦਾਂ ਬਣਾਉਣਾ ਚਾਹੁੰਦੇ ਆ। ਪਰ ਉਹਨਾਂ ਨੇ ਜਿਵੇਂ ਮੱਧ ਪ੍ਰਦੇਸ਼ 'ਚ, ਮਾਫ ਕਰਨਾ ਮੈਂ ਆਪਾਂ ਤਕਰਾਰ 'ਚ ਨਹੀਂ ਪੈਂਦਾ ਮੁੱਦਾ ਹੈਗਾ, ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਆਰਐਸਐਸ ਦੇ ਜਿਹੜੇ ਨਾ ਆਰਐਸ ਦੇ ਲੇਖਕਾਂ ਨੇ ਕਿਤਾਬਾਂ ਲਿਖੀਆਂ ਉਹ ਸਿਲੇਬਸ ਦੇ ਵਿੱਚ ਲਾ ਦਿੱਤੀਆਂ ਉੱਥੇ। ਦੇਖੋ ਮੇਰੀ ਗੱਲ ਸੁਣੋ, ਮੈਂ ਜੋ ਰੀਡਿੰਗ ਵਾਈਡ ਰੀਡਿੰਗ ਦੀ ਗੱਲ ਕੀਤੀ ਆ, ਤੁਸੀਂ ਮੇਰੇ ਖਿਆਲ ਉਹਦਾ ਮਤਲਬ ਨਹੀਂ ਸਮਝੇ। ਹਾਂ ਸੋਰੀ, ਵਾਈਡ ਰੀਡਿੰਗ ਸਾਰੀ ਵਰਲਡ ਦੇ ਵਿੱਚ ਲੋਕੀ ਰਾਈਟਰ ਹੈਗੇ ਆ। ਹਾਂਜੀ ਹਾਂਜੀ, ਤੁਸੀਂ ਆਰਐਸਐਸ ਵਾਸਤੇ ਉਹਨਾਂ ਦੇ ਰਾਈਟਰਾਂ ਦੀ ਪੜ੍ਹਨ ਦੀ ਲੋੜ ਨਹੀਂ ਪੜ੍ਹਨੀ, ਨਾ ਪੜ੍ਹੋ। Nobody is forcing you to read those books which they prescribe to their own intentions. ਨਹੀਂ ਆਪਣੇ ਮੇਰਾ ਸਭ ਜੇ ਕਿਤਾਬਾਂ ਲੱਗੀਆਂ ਤੁਹਾਡੇ ਸਿਲੇਬਸ ਵੈਸੇ ਤਾਂ ਤੁਸੀਂ ਨਾ ਪੜ੍ਹਦੇ ਕਿੱਦਾਂ, ਠੀਕ ਆ ਪੜ੍ਹਦੇ ਆ ਤੁਸੀਂ, ਲੇਕਿਨ ਤੁਹਾਨੂੰ ਇਹ ਤਾਂ ਪਤਾ ਕਿ ਤੁਹਾਡਾ ਵਿਕਰਾ ਹੋ ਰਿਹਾ ਜਾਂ ਤੁਹਾਡੇ ਰਾਹ ਰੋਕੇ ਜਾਂਦੇ ਆ ਜਾਂ ਤੁਹਾਡੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰ ਨਹੀਂ ਪਾ ਰਹੇ, ਔਰ ਤੁਸੀਂ ਜੋ ਕਰਨਾ ਚਾਹੁੰਦੇ ਆ ਤਾਂ ਹੁਣ ਐਜੂਕੇਸ਼ਨ ਦਾ ਦੇਖੋ ਤੁਹਾਨੂੰ ਰਾਈਟ ਦਿੱਤਾ ਆ, ਸਕੂਲਾਂ ਤੁਸੀਂ ਜਾ ਸਕਦੇ ਆ, ਕਾਲਜਾਂ 'ਚ ਜਾ ਸਕਦੇ, ਯੂਨੀਵਰਸਿਟੀ ਜਾ ਸਕਦੇ, ਤੁਹਾਨੂੰ ਰੁਕਾਵਟ ਨਹੀਂ ਹੈ, ਤੁਹਾਡੀ ਕਾਬਲੀਅਤ ਦੇ ਮੁਤਾਬਕ ਤੁਸੀਂ ਜਾ ਸਕਦੇ ਆ। ਮੈਂ ਇੱਕ ਗੱਲ ਦੱਸਦਾ ਹਾਂ ਕਿ ਜਿਹੜੀ ਤੁਸੀਂ ਜੋਬਾਂ ਦੀ ਗੱਲ ਕੀਤੀ ਸੀ, ਮੈਨੂੰ ਇਹ ਫੈਕਟ ਆਫ ਲਾਈਫ ਹੈ ਜਿਹੜਾ ਕਿ ਮੈਨੂੰ ਪਤਾ ਹੈ। ਹਾਂਜੀ,
75% ਜਿਹੜੇ ਟੀਚਰ ਹੈ ਨਾ, ਅੱਜ ਕੱਲ੍ਹ ਉਹਨੇ ਇੱਕ ਸਿਸਟਮ ਬਣਾਇਆ ਕਿ ਜਦੋਂ ਅਸੀਂ MA BA ਕਰ ਲੈਂਦੇ ਜਾਂ ਉਹ ਕਰ ਲੈਂਦੇ ਹਾਂ ਅਤੇ ਤੁਸੀਂ ਉੱਥੇ ਇੱਕ ਪ੍ਰੋਸੈਸ ਬਣਾਇਆ ਕਿ ਜੇ ਤੁਹਾਨੂੰ ਟੀਚਰ ਵਾਸਤੇ ਕੋਈ ਐਪਲੀਕੇਸ਼ਨ ਦੇ ਪੈਂਦੀ ਉਹਦੇ ਵਾਸਤੇ ਟੈਸਟ ਦੇਣਾ ਪੈਂਦਾ ਤਾਂ ਤੁਸੀਂ ਟੀਚਰ ਬਣਦੇ, ਅਦਰਵਾਈਜ਼ ਬਣ ਨਹੀਂ ਸਕਦੇ। ਇੱਕ ਸਿਸਟਮ ਜਿਹਾ ਬਣਾਇਆ ਪੰਜਾਬ ਦੇ ਵਿੱਚ, ਮੈਨੂੰ ਪਤਾ। ਗੱਲ ਇਹ ਹੈ ਕਿ ਉਹਦੀ ਉਹ ਕਹਿੰਦੇ ਵੀ ਘੱਟ ਤੋਂ ਘੱਟ ਜਿਹੜੀ ਮਾਰਕਸ ਹੈ ਉਹ 75% ਹੋਣੇ ਚਾਹੀਦੇ, ਅਤੇ ਇੱਕ ਜੋਬ ਵਾਸਤੇ ਅਗਰ 80 ਬੰਦੇ ਕੈਂਡੀਡੇਟ ਆ ਤਾਂ ਤੁਸੀਂ ਅੰਦਾਜ਼ਾ ਲਾ ਲਓ 75% ਉੱਥੇ ਕੀ ਕਰੂਗਾ। ਯੂ ਨੀਡ ਟੂ ਹੈਵ ਐਟ ਲੀਸਟ ਮੋਰ ਦੈਨ 85% ਮਾਰਕਸ ਐਟ ਲੀਸਟ। ਹਾਂਜੀ, ਅਤੇ ਜੇ ਇਹ ਮੈਂ ਜਿਹੜੀ ਗੱਲ ਕਰ ਰਿਹਾ ਕਿ ਜਿਹੜੀ ਇਹ ਐਜੂਕੇਸ਼ਨ ਸਟੂਡੈਂਟਸ ਲੈ ਰਹੇ ਆ, ਕਿਆ ਉਸ ਲੈਵਲ ਦੇ ਬੰਦੇ ਐਜੂਕੇਸ਼ਨ ਲੈ ਰਹੇ ਆ ਜਿਹੜੇ ਟੀਚਰ ਬਣਨਾ ਚਾਹੁੰਦੇ ਆ? ਦੇ ਵਿਲ ਹੈਵ ਟੂ ਲੁੱਕ ਇਨ ਟੂ ਦਿਸ ਵੈਰੀ ਸੀਰੀਅਸਲੀ ਕਿ ਉਹ ਉਸ ਆਪਣੇ ਨੂੰ ਤਿਆਰ ਕਰਨ ਤਾਂ ਕਿ ਉਹ ਟੀਚਰ ਬਣ ਕੇ ਲੋਕਾਂ ਨੂੰ ਵਿੱਦਿਆ ਦੇ ਸਕਣ। ਓਕੇ, ਥੈਂਕ ਯੂ ਮਿੱਡਾ ਸਾਹਿਬ ਟਾਈਮ ਦਾ। ਹਾਂਜੀ, ਮੈਂ ਬਹੁਤਾ ਨਹੀਂ ਕਰਦਾ, ਮੇਰੇ ਕਹਿੰਦਾ ਵੀ ਹੋ ਨਹੀਂ ਰਿਹਾ। ਇਹ ਪ੍ਰੋਬਲਮ ਸਾਡੀ ਹੈ ਭਾਈ ਸਾਹਿਬ, ਸਾਨੂੰ ਹੁਣ ਰਾਈਟਸ ਮਿਲ ਚੁੱਕੇ, ਡਾਕਟਰ ਅੰਬੇਦਕਰ ਨੇ ਕੰਸਟੀਟਿਊਸ਼ਨ ਰਾਈਟ ਦੇ ਦਿੱਤੇ ਆ, ਇਹ ਉਹਦਾ ਐਕਸਰਸਾਈਜ਼ ਕਰਨਾ ਨਾ ਕਰਨਾ ਸਾਡੇ ਤੇ ਆ। ਬਿਲਕੁਲ ਸਹੀ ਗੱਲ, ਸਾਡਾ ਬਹੁਤ ਸਾਰੀਆਂ ਔਕੜਾਂ ਹੈਗੀਆਂ, ਬਹੁਤ ਸਾਰੇ ਸਾਡੇ ਰੁਕਾਵਟਾਂ ਹੈਗੀਆਂ, ਬਹੁਤ ਕੁਛ ਹੈ, ਬਟ ਲਾਈਫ ਤਾਂ ਸਾਡੀ ਆਪਣੀ ਆ। ਅਸੀਂ ਲਾਈਫ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ, ਸਾਨੂੰ ਸੋਚਣਾ ਪਿਆ ਕਿ ਅਸੀਂ ਕੀ ਕਰੀਏ ਅਤੇ ਅਸੀਂ ਆਪਣੀ ਲਾਈਫ ਨੂੰ ਵਧੀਆ ਬਣਾ ਸਕੀਏ ਜਿੱਦਾਂ ਦੀ ਅਸੀਂ ਚਾਹੁੰਦੇ ਹਾਂ। ਧੰਨਵਾਦ, ਮਿਹਰਬਾਨੀ, ਬਹੁਤ ਥੈਂਕ ਯੂ। ਦੋਸਤੋ, ਜਿਹੜੀ ਵਿੱਦਿਆ ਆ ਇਸ ਨੂੰ ਤੀਸਰੀ ਅੱਖ ਵੀ ਕਿਹਾ ਜਾਂਦਾ। ਜਿਹੜੀ ਤੀਸਰੀ ਅੱਖ ਦਾ ਮਤਲਬ ਤੁਹਾਨੂੰ ਇੱਕ ਤਾਂ ਆਪਾਂ ਆਮ ਦੇਖਦੇ ਹਾਂ, ਇੱਕ ਤੀਸਰੀ ਅੱਖ ਦਾ ਮਤਲਬ ਤੁਹਾਡਾ ਆਪਣਾ ਸੋਚਣ ਸ਼ਕਤੀ ਤੁਹਾਡੀ, ਉਹਨੂੰ ਵਧਾਉਣਾ, ਤੁਹਾਨੂੰ ਦੂਰ ਤੱਕ ਇੱਕ ਦਾਰਸ਼ਨਿਕ ਤਰ੍ਹਾਂ ਦਾ ਦੇਖਣ ਲਾ ਉਹਨਾਂ ਨੇ ਤੁਹਾਨੂੰ ਯੋਗ ਕਰਨਾ, ਇਹ ਤੀਸਰੀ ਅੱਖ ਹੈ। ਅਤੇ ਜੇ ਇਹ ਵੀ ਕਹਿੰਦੇ ਨੇ ਕਿ ਵਿੱਦਿਆ ਵਿਚਾਰੀ ਪਰਉਪਕਾਰੀ, ਵਿਚਾਰੀ ਹੈਗਾ ਲਫ਼ਜ਼, ਵਿਚਾਰੀ ਨਹੀਂ ਵਿਚਾਰੀ ਹੈਗਾ। ਸੋ ਜਿਹੜੀ ਵਿੱਦਿਆ ਹੈ, ਤੁਸੀਂ ਪੜ੍ਹਦੇ ਹੋ ਜੋ ਉਸਨੂੰ ਵਿਚਾਰਦੇ ਨੇਗੇ, ਉਸਨੂੰ ਜ਼ਿੰਦਗੀ ਦੇ ਵਿੱਚ ਲਿਆਉਂਦੇ ਨੇਗੇ, ਤਾਂ ਵਿੱਦਿਆ ਦਾ ਕੋਈ ਮਤਲਬ ਨਹੀਂ ਰਹਿੰਦਾ। ਇੱਕ ਜਿਹੜਾ ਅਧਿਆਪਕ ਹੈ ਜਾਂ ਜਿਹੜੀ ਵਿੱਦਿਆ ਆ ਜਾਂ ਸਕੂਲ ਆ ਜਾਂ ਇੱਕ ਜਿਹੜਾ ਆਪਣਾ ਅੱਜ ਦਾ ਵਿਸ਼ਾ ਜਿਹੜਾ ਹੈਗਾ ਕਿ ਇੱਕ ਜਿਹੜਾ ਅਧਿਆਪਕ ਹੈ, ਗੁਰੂ ਆ, ਜੇ ਤੁਹਾਨੂੰ ਇਨਸਾਨੀਅਤ ਨਾਲ ਨਹੀਂ ਜੋੜਦਾ ਤਾਂ ਉਹ ਵਿੱਦਿਆ ਫੇਲ ਹੈ। ਹਾਂਜੀ, ਹਾਂਜੀ, ਕਾਂਸ਼ੀ ਜੀ ਦਾ ਸਵਾਗਤ ਹੈ ਜੀ। ਹੈਲੋ ਜੀ, ਮੈਂ ਮੁਹੰਮਦ ਬੋਲ ਰਿਹਾ ਸਰ। ਮੁਹੰਮਦ ਜੀ, ਜਿਆਂ ਨੂੰ ਸਰ, ਤੁਸੀਂ ਇੱਕ ਡੇਟ ਦਾ ਜ਼ਿਕਰ ਕੀਤਾ, ਮੈਂ ਟੌਪਿਕ ਪੂਰੀ ਤਰ੍ਹਾਂ ਗ੍ਰਾਸਪ ਨਹੀਂ ਕਰ ਸਕਿਆ, ਲੇਕਿਨ ਕੁਛ ਇੰਡੀਅਨ ਪੰਜਾਬੀ ਦੇ ਮੈਨੂੰ ਲਫ਼ਜ਼ ਵੀ ਨਹੀਂ ਸਮਝ ਲੱਗਦੇ, ਲੇਕਿਨ ਮੈਂ ਅਕਸਰ ਕੁਛ ਕਮੈਂਟ ਦੇਣਾ ਚਾਹੁੰਦਾ ਵਿੱਚ। ਅਸੀਂ ਟੀਚਰ ਡੇ 5 ਇੰਡੀਆ ਦੇ ਵਿੱਚ 5 ਸਤੰਬਰ ਨੂੰ ਟੀਚਰ ਡੇ ਸੀ, ਉਹਦੇ ਬਾਰੇ ਟੀਚਰ। ਹਾਂਜੀ ਸਰ, ਮੈਂ ਤੁਹਾਨੂੰ ਟੀਚਰ ਹੋਵੇ ਜਾਂ ਕੋਈ ਵੀ ਪ੍ਰੋਫੈਸ਼ਨ ਹੋਵੇ, ਸਾਰੇ ਪ੍ਰੋਫੈਸ਼ਨ ਜਿਹੜੇ ਨੇ ਰਿਸਪੈਕਟੇਬਲ ਨੇ, ਸਾਰਿਆਂ ਦੇ ਇਤਰਾਮ ਕਰਨਾ ਚਾਹੀਦਾ ਹੈ। ਹੁਣ ਤੁਸੀਂ ਇੱਕ ਜ਼ਰਾ ਇੱਕ ਰਿਲੇਟਡ ਜ਼ਰਾ ਗੱਲ ਜ਼ਰਾ ਅਗਰ ਸਰ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਕਰਨਾ ਚਾਹੁੰਦਾ। ਹਾਂਜੀ, ਕਿ ਇੰਡੀਆ ਅਤੇ ਪਾਕਿਸਤਾਨ 'ਚ ਮੁਸਲਿਮ ਅਤੇ ਨਾਨ ਮੁਸਲਿਮ ਲੋਕ ਜਿਹੜੇ ਨੇ ਸ਼ਰਾਈਨ ਅਤੇ ਦਰਗਾਹਾਂ 'ਤੇ ਜਾਂਦੇ ਨੇ, ਉੱਥੇ ਚਾਦਰਾਂ ਚੜ੍ਹਾਉਂਦੇ ਨੇ। ਹਾਂਜੀ, ਹਰੀਆਂ ਚਾਦਰਾਂ। ਹਾਂਜੀ, ਮੈਂ ਫੋਰਨ ਕੰਟਰੀ ਸਾਂ ਅਤੇ ਮੈਨੂੰ ਉਲਮਾ ਇਕਰਾਮ ਨੇ ਦੱਸਿਆ ਕਿ ਸ਼ਰੀਅਤ 'ਚ ਕਿਤੇ ਨਹੀਂ ਲਿਖਿਆ ਦਾ ਇਸਲਾਮਿਕ ਸ਼ਰੀਅਤ 'ਚ ਕਿ ਤੁਸੀਂ ਇਸ ਤਰ੍ਹਾਂ ਚਾਦਰਾਂ ਚੜ੍ਹਾਓ ਜਾ ਕੇ ਕਬਰਾਂ 'ਤੇ, ਨਾ ਖੁਦਾ ਕੋਲੋਂ ਮੰਗੋ, ਅੱਲਾ ਇਜ਼ ਦੀ ਓਨਲੀ ਸੁਪਰੀਮ ਅਥਾਰਟੀ, ਅੱਲਾ ਦੇ ਇਲਾਵਾ ਹੋਰ ਕਿਸੇ ਕੋਲੋਂ ਮੰਗਣਾ ਜਿਹੜਾ ਉਹ ਮਤਲਬ ਇੰਨਾ ਗਲਤ ਆ,
ਇਸਲਾਮ ਇਜਾਜ਼ਤ ਨਹੀਂ ਦਿੰਦਾ। ਹੁਣ ਤੁਸੀਂ ਦੇਖੋ ਸਾਡੇ ਰਸੂਲ ਕਰੀਮ ਨਬੀ ਕਰੀਮ ਦਾ ਰੌਜ਼ਾ ਮੁਬਾਰਕ ਹੈ ਮਦੀਨਾ ਮਨਵਰਾ ਸ਼ਹਿਰ ਚ, ਉੱਥੇ ਲੋਕ ਜਾਂਦੇ ਨੇ, ਉੱਥੇ ਉਹਨਾਂ ਦੇ ਮਦਾਰ ਦੇ ਕਰੀਬ ਗਿਰਦ ਜਾਲੀ ਹੈ, ਤੇ ਉੱਥੇ ਜਿਹੜੇ ਸਿਕਿਉਰਿਟੀ ਦੇ ਜਿਹੜੇ ਲੋਕ ਨੇ ਉਹ ਜਾਲੀ ਦੇ ਨਜ਼ਦੀਕ ਨਹੀਂ ਜਾਣ ਦਿੰਦੇ ਲੋਕਾਂ ਨੂੰ, ਕਹਿੰਦੇ ਦੂਰੋਂ ਜਾ ਕੇ ਨਮਾਜ਼ਾਂ ਪੜ੍ਹੋ ਜਾਂ ਜੋ ਕੁਛ ਵੀ ਮੰਗਣਾ ਕਰੋ। ਮੇਰਾ ਕਹਿਣ ਦਾ ਮਤਲਬ ਹੈ ਕਿ ਅੱਲਾਹ ਇਜ਼ ਦੀ ਓਨਲੀ ਸੁਪਰੀਮ ਅਥਾਰਟੀ, ਕੋਈ ਵੀ ਡੇਟ ਤੁਸੀਂ ਕਿਸੇ ਵੀ ਤਰੀਕ ਦਾ ਜ਼ਿਕਰ ਕਰੋ, ਲੇਕਿਨ ਇਹ ਵੇ ਕਿ ਇਸ ਤਰ੍ਹਾਂ ਮਤਲਬ ਇਹ ਕਿਸੇ ਵੀ ਆਦਮੀ ਨੂੰ ਇਸ ਤਰ੍ਹਾਂ ਅਨਯੂਜੁਅਲ ਸਮਝਣਾ ਜਾਂ ਉਹਨੂੰ ਕਹਿਣਾ ਜੀ ਉਹ ਤੁਸੀਂ ਤਕਲੀਫ ਕਰੋਗੇ ਜਾਂ ਉਹ ਫੋਲੋ ਕਰੋਗੇ, ਸਿਵਾਏ ਮਤਲਬ ਠੀਕ ਹੈ ਸਭ ਜਿਹੜੇ ਰਿਲੀਜੀਅਸ ਸਕਾਲਰ ਨੇ ਜਾਂ ਦੂਸਰੇ ਕਿਸਮ ਦੇ ਸਕਾਲਰ ਨੇ, ਸਾਰਿਆਂ ਦੀ ਟੀਚਿੰਗ ਨੂੰ ਫੋਲੋ ਕਰੋ, ਲੇਕਿਨ ਇਹ ਵੇ ਕਿ ਕਿਸੇ ਕੋਲੋਂ ਮੰਗਣਾ ਹੈ ਤਾਂ ਸਿਰਫ ਅੱਲਾਹ ਕੋਲੋਂ ਮੰਗੋ, ਮਤਲਬ ਸਭ ਦੀ ਟੀਚਿੰਗ ਵੀ ਫੋਲੋ ਕਰੋ, ਲੇਕਿਨ ਅੱਲਾਹ ਇਜ਼ ਦੀ ਓਨਲੀ ਸੁਪਰੀਮ ਅਥਾਰਟੀ ਜਿਹੜਾ ਕਿ ਤੁਹਾਡੀਆਂ ਦੁਆਵਾਂ ਜਾਂ ਤੁਹਾਡੀਆਂ ਜੋ ਵੀ ਹੈਗੇ ਕਰਦੇ ਹੋ ਨਮਾਜ਼ਾਂ ਜਾਂ ਜੋ ਵੀ ਜਿਸ ਰਿਲੀਜਨ ਨੂੰ ਤੁਸੀਂ ਫੋਲੋ ਕਰਦੇ ਹੋ ਉਹਨੂੰ ਕਰੋ, ਲੇਕਿਨ ਇਹ ਵੇ ਸਭ ਟੀਚਰਸ ਜਾਂ ਕੋਈ ਵੀ ਹੋਵੇ ਪ੍ਰੋਫੈਸ਼ਨ ਜਾਂ ਜਿੰਨੇ ਤੁਸੀਂ ਡਾਕਟਰ ਜਿਹੜਾ ਜ਼ਿਕਰ ਕਰ ਰਹੇ ਹੋ ਉਹਨਾਂ ਦੀ ਟੀਚਿੰਗ ਨੂੰ ਫੋਲੋ ਕਰੋ, ਲੇਕਿਨ ਉਹ ਮਤਲਬ ਇਹ ਕਿ ਦੇ ਆਰ ਨਾਟ ਸੁਪਰੀਮ ਅਥਾਰਟੀ, ਸੁਪਰੀਮ ਅਥਾਰਟੀ ਇਜ਼ ਓਨਲੀ ਅੱਲਾਹ। ਥੈਂਕ ਯੂ ਮੁਹੰਮਦ ਜੀ, ਬਹੁਤ ਥੈਂਕ ਯੂ, ਤੁਹਾਡਾ ਬਹੁਤ ਮਿਹਰਬਾਨੀ। ਹਾਂਜੀ ਮੋਹਿਤ ਜੀ, ਪਹਿਲਾਂ ਤਾਂ ਥੈਂਕ ਯੂ ਜਿਹੜੇ ਕਾਲਰਸ ਨੂੰ। ਮੈਂ ਇੱਕ ਗੱਲ ਬਹੁਤ ਇੰਪੋਰਟੈਂਟ ਜਿਹਾ ਕਿ ਜਿਹੜਾ ਸਾਡਾ ਅੱਜ ਟੋਪਿਕ ਸੀਗਾ ਭਗਵੰਤ ਜੀ, ਉਹ ਬਹੁਤ ਖੂਬਸੂਰਤ ਸੀਗਾ ਕਿ ਐਜੂਕੇਸ਼ਨ ਦੀ ਇੰਪੋਰਟੈਂਸ, ਅਤੇ ਜਿਹਨਾਂ ਕੋਲੋਂ ਐਜੂਕੇਸ਼ਨ ਪ੍ਰਾਪਤ ਕਰਦੇ ਹਾਂ ਉਹਨਾਂ ਦਾ ਮਾਣ ਸਨਮਾਨ, ਇਹ ਸੀ ਸਾਡਾ ਵਿਸ਼ਾ। ਹਾਂਜੀ, ਇੱਥੇ ਬਹੁਤ ਕੁਛ ਕਿਹਾ ਜਾ ਸਕਦਾ ਸੀਗਾ, ਹੁਣ ਗੱਲ ਸ਼ੁਰੂ ਤੋਂ ਹੋਰ ਕਰਦੇ ਆ, ਮੁੜ ਕੇ ਫਿਰ ਯੂਪੀ ਫਿਰ ਹੋਰ ਪ੍ਰੇਰਨਾਵਾਂ ਤੱਕ ਚਲੇ ਜਾਂਦੇ ਆ, ਕਿਉਂਕਿ ਕੋਸ਼ਿਸ਼ ਕਰਿਆ ਕਰੋ ਤੁਸੀਂ, ਸਾਰੇ ਬੰਦੇ ਬਹੁਤ ਸੂਝਬੂਝ ਪੜ੍ਹੇ ਲਿਖੇ ਬੰਦੇ ਆ, ਉਹ ਦਾਇਰਾ ਉਨਾ ਕਿ ਜਦੋਂ ਗੱਲ ਅੱਗੇ ਨਹੀਂ ਤੁਰਦੀ ਤਾਂ ਫਿਰ ਕਾਲ ਬੰਦ ਕਰ ਦਿਓ ਬੈਟਰ, ਫਿਰ ਜੇ ਤੁਸੀਂ ਹੋਰ ਪਾਸੇ ਚੱਲ ਜਾਂਦੇ ਆ ਉਹ ਟਾਈਮ ਉਹ ਗੱਲ ਜਿਹੜੀ ਵਿਸ਼ਾ ਬਦਲ ਜਾਂਦਾ, ਵਿਸ਼ਾ ਹੋ ਜਾਂਦਾ ਔਰ ਗਲਤ ਵੀ ਹੋ ਜਾਂਦਾ ਕੰਮ। ਅਤੇ ਅੱਜ ਦੇ ਟੋਪਿਕ 'ਤੇ ਮਾਇਆਵਤੀ ਦਾ ਕੋਈ ਜ਼ਿਕਰ ਨਹੀਂ ਹੈ, ਨਾ ਐਜੂਕੇਸ਼ਨ ਦੇ ਬਾਰੇ ਕੋਈ ਗੱਲ ਹੈ, ਲੇਕਿਨ ਫਿਰ ਵੀ ਉਹਨੇ ਬੱਚਾ ਕਸੂਰ ਲਿਆ। ਯੂਪੀ ਵਿੱਚ ਕੀ ਹੋਇਆ, ਸਰਕਾਰਾਂ ਨੇ ਕੀ ਕੀਤਾ, ਨਾ ਪੋਲੀਟਿਕਸ ਦੀ ਗੱਲ ਹੈਗੀ ਆ, ਗੱਲ ਇਹ ਆ ਕਿ ਐਜੂਕੇਸ਼ਨ ਦੀ ਇੰਪੋਰਟੈਂਸ ਹੈਗੀ ਆ ਭਾਰਤ ਦੀ ਹਿਸਟਰੀ ਦੇ ਵਿੱਚ। ਜੇ ਕੋਈ ਅੰਗਰੇਜ਼ਾਂ ਕੋਲੋਂ ਪੜ੍ਹਿਆ ਤਾਂ ਅੰਗਰੇਜ਼ ਟੀਚਰ ਹੋਏ ਉਹਦੇ, ਤੋ ਜਿਹੜੇ ਅੰਗਰੇਜ਼ਾਂ ਕੋਲੋਂ ਤੁਸੀਂ ਪੜ੍ਹੇ ਆ ਉਹਨਾਂ ਦਾ ਸਨਮਾਨ ਕਰੋ, ਉਹਨਾਂ ਦੀ ਇੱਜ਼ਤ ਕਰੋ ਵੀ ਤੁਸੀਂ ਸਾਨੂੰ ਪੜ੍ਹਾਇਆ ਵਧੀਆ ਕੀਤਾ। ਜਿਹੜੇ ਅਸੀਂ ਤਾਂ ਹੁਣ ਇੰਡੀਅਨ ਟੀਚਰਾਂ ਕੋਲੋਂ ਪੜ੍ਹੇ ਹਾਂ, ਉਹਨਾਂ ਵੱਲੋਂ ਜਿਹੜਾ ਸਾਡਾ ਰਵੱਈਆ ਸਾਡੇ ਪ੍ਰਤੀ ਰਿਹਾ, ਜਾਂ ਬੁਰੀ ਘਰੋਂ ਲੈ ਕੇ ਜਾਣਾ, ਜਾਂ ਜਿਹੜੇ ਪੁਰਾਣੇ ਤੱਪੜ ਉਹ ਪਿੱਛੇ ਰੱਖਦੇ ਨੇ ਦੂਜਿਆਂ ਲਈ ਤਾਂ ਮੂਹਰੇ ਨਵੇਂ ਤੱਪੜ ਦੇਣ, ਇਹ ਸਾਰੀਆਂ ਗੱਲਾਂ ਜਿਨ੍ਹਾਂ ਨਾਲ ਬੀਤੀਆਂ ਉਹ ਜਾਣਦੇ ਆ। ਅਤੇ ਸਾਨੂੰ ਵੱਡੀ ਗੱਲ ਇਹ ਆ ਕਿ ਜਿਹੜਾ ਐਜੂਕੇਸ਼ਨ ਦੀ ਗੱਲ ਹੈਗੀ ਆ, ਜਿਹੜੀਆਂ ਸਾਡੀਆਂ ਬੱਚੀਆਂ ਉਹਨਾਂ 'ਤੇ ਜ਼ਿਆਦਾ ਸਖਤੀ ਰਹੀ ਆ, ਉਹ ਜਿਹੜੀਆਂ ਉੱਚੀ ਜਾਤੀ ਦੀਆਂ ਉਹਨਾਂ 'ਤੇ ਵੀ ਉਹਨਾਂ ਮੁਸ਼ਕਲ ਸੀਗੀ, ਕਿਉਂਕਿ ਜਿਹੜੀ ਐਜੂਕੇਸ਼ਨ ਹੈਗੀ ਆ ਜਿੱਥੇ ਬੰਦਿਆਂ ਲਈ ਜ਼ਰੂਰੀ ਆ ਉੱਥੇ ਔਰਤਾਂ ਲਈ ਬੱਚਿਆਂ ਲਈ ਬਹੁਤ ਉਦੋਂ ਵੀ ਆ ਜ਼ਰੂਰੀ ਆ, ਕਿਉਂਕਿ ਆਹ ਇਹ ਗੱਲ ਬਹੁਤ ਕਹੀ ਜਾਂਦੀ ਹੈ ਆਪਣੇ ਫੇਮਸ ਆ ਕਿ ਵੀ ਤੁਸੀਂ ਇੱਕ ਅਗਰ ਮਰਦ ਨੂੰ ਪੜ੍ਹਾਓਗੇ ਤਾਂ ਉਹ ਇੱਕ ਪੜ੍ਹੇਗਾ, ਲੇਕਿਨ ਅਗਰ ਤੁਸੀਂ ਕਿਸੇ ਬੱਚੀ ਨੂੰ ਪੜ੍ਹਾਓਗੇ ਤਾਂ ਪੂਰਾ ਪਰਿਵਾਰ ਪੜ੍ਹਦਾ, ਮਾਂ ਨੂੰ ਪੜ੍ਹਾ ਦਿਓ ਸਾਰਾ ਦੁਨੀਆਂ ਪੜ੍ਹ ਜਾਂਦੀ ਹੈ, ਸਾਰੀ ਦੁਨੀਆਂ ਪੜ੍ਹ ਜਾਂਦਾ। ਹਾਂਜੀ, ਅਤੇ ਇਸ ਵਾਲੇ ਬਹੁਤ ਜ਼ਰੂਰੀ ਆ, ਮਤਲਬ ਮੇਰੀ ਖਾਸ ਇਹ ਰਿਕੁਐਸਟ ਆ ਕਿ ਵੀ ਪਲੀਜ਼ ਸਟੇ ਔਨ ਦੀ ਸਬਜੈਕਟ, ਹੈ ਨਾ, ਵਧੀਆ ਲੱਗਦਾ। ਚੌਹਾਨ ਸਾਹਿਬ ਆਏ, ਮੁਹੰਮਦ ਸਾਹਿਬ ਆਏ, ਮਿੱਡਾ ਸਾਹਿਬ ਆਏ,
ਮੀਰਾ ਸਾਹਿਬ ਐਕਚੁਅਲੀ ਉਹ ਜਿੰਨੀ ਉਹ ਗੱਲ ਕਰਦੇ ਆ ਉਹ ਬਹੁਤ ਕਿਤਾਬਾਂ ਦੀ ਉਹ ਪੜ੍ਹੇ ਆ, ਉਹਨੇ ਬਹੁਤ ਪੜ੍ਹਦੇ ਆ ਉਹ ਸਟੱਡੀ ਬਹੁਤ ਉਹਨਾਂ ਦੀ, ਉਹਨਾਂ ਦੀ ਜਿਹੜੀ ਗੱਲ ਬਤੀ। ਹਾਂਜੀ ਹਾਂਜੀ, ਕਾਸ਼ੀ ਟੀਵੀ 'ਤੇ ਸਵਾਗਤ ਹੈ ਜੀ। ਹਾਂਜੀ ਮੈਂ ਫਿਰ ਚੌਹਾਨ ਜੀ, ਹਾਂਜੀ ਫਕੀਰ ਚੰਦ ਜੀ, ਤਾਂ ਸ਼ੋਰਟ ਰੱਖਿਓ ਥੋੜ੍ਹਾ ਜਿਹਾ ਪਲੀਜ਼। ਬਹੁਤ ਵਧੀਆ ਆਪ ਚਰਚਾ ਕਰ ਰਹੇ ਹੋ ਕਿ ਦੇਖੋ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀ 1935 ਦੇ ਐਕਟ ਦੇ ਅਨੁਸਾਰ ਇਹ ਐਜੂਕੇਸ਼ਨ ਸ਼ੁਰੂ ਹੋਈ ਹੈ। ਉਹ ਡਾਕਟਰ ਅੰਬੇਦਕਰ ਦੇ ਸੰਘਰਸ਼ ਨਾਲ ਹੋਇਆ ਸਾਰਾ ਕੁਛ, ਪਰ ਫਿਰ ਉਹਨੇ ਦੇਖਿਆ ਵੀ ਉਹਨੇ ਦੇਖੋ ਪੀਪਲਸ ਐਜੂਕੇਸ਼ਨ ਜਿਹੜੀ ਸੋਸਾਇਟੀ ਬਣਾਈ ਹੈ ਇੰਡੀਆ 'ਚ, ਉਹਨੇ ਪਹਿਲਾ ਕਾਲਜ 1946 ਦੇ ਵਿੱਚ ਸਿਧਾਰਥ ਕਾਲਜ ਬੰਬਈ 'ਚ ਖੋਲ੍ਹਿਆ ਸੀ ਮਹਾਵਿਦਿਆਲਾ। ਤੁਸੀਂ ਦੇਖੋ ਵੀ ਇੰਨੇ ਉਹਨੇ ਸਕੂਲ ਕਾਲਜ ਖੋਲ੍ਹੇ, ਪਰ ਦੇਸ਼ ਦੀ ਆਜ਼ਾਦੀ ਦੇ ਨਾਂ ਬਾਅਦ ਉਹਨਾਂ ਦੇ ਨਾਲ ਇੰਨਾ ਵਿਤਕਰਾ ਹੋਇਆ। ਇਹ ਦੱਸਣਾ ਜ਼ਰੂਰੀ ਬਣਦਾ ਵੀ ਇਕੱਲੀ ਕਾਂਗਰਸ ਨਹੀਂ, ਆਰ ਐਸ ਐਸ ਸਾਰਿਆਂ ਨੇ ਵਿਤਕਰਾ ਕੀਤਾ ਵੀ ਇੱਕ ਇਨਸਾਨ ਨੇ ਇਹਨਾਂ ਲੋਕਾਂ ਨੂੰ ਕਿੱਦਾਂ ਐਜੂਕੇਟ ਕਰ ਦਿੱਤਾ। ਔਰ ਤਕਲੀਫ ਸੀਗੀ ਉਹਨਾਂ ਨੂੰ ਗੱਲ ਦੀ। ਮੈਂ ਘਟਨਾ ਦੱਸਣੀ ਚਾਹੁੰਦਾ 1997 ਦੀ, ਉੱਥੇ ਮਰਾਠਵਾੜਾ ਯੂਨੀਵਰਸਿਟੀ ਸੀ ਜਿਹਦੇ ਅੰਡਰ ਇਹ ਕਾਲਜ ਆਉਂਦੇ ਸੀ ਮਹਾਰਾਸ਼ਟਰ ਚ। ਉਹਦਾ ਸ਼ਰਤ ਪਵਾਰ ਮੁੱਖ ਮੰਤਰੀ ਸੀ, ਇਹਨੇ ਜਾਨੀ ਰੈਜ਼ੋਲੂਸ਼ਨ ਪਾਸ ਕੀਤਾ ਵੀ ਇਹਦੇ ਨਾਲ ਡਾਕਟਰ ਅੰਬੇਦਕਰ ਲਾਉਣਾ ਹੈਗਾ। ਜਿੱਦਣ ਜਾਨੀ ਉਹਨੇ ਪਾਸ ਕੀਤਾ, ਲੋਕ ਸੜਕਾਂ ਤੇ ਆ ਗਏ, ਜਾਨੀ ਇਹਨਾਂ ਲੋਕਾਂ ਨੂੰ ਮਾਰਨ ਲੱਗ ਪਏ, ਅੱਗਾਂ ਲਾਉਣ ਲੱਗ ਪਏ ਵੀ ਅਸੀਂ ਤਾਂ ਡਾਕਟਰ ਅੰਬੇਦਕਰ ਦਾ ਨਾਂ ਨਹੀਂ ਸੁਣਨਾ ਚਾਹੁੰਦੇ। ਦੱਸੋ ਉਹ ਦੂਸਰੇ ਦਿਨ ਉਹਨੇ ਆਰਡਰ ਵਾਪਸ ਕਰ ਲਿਆ। ਤੁਸੀਂ ਦੇਖੋ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ। ਉਹ ਜੇ ਚਾਹੇ ਉਹ ਆਰ ਐਸ ਐਸ ਆ ਚਾਹੇ ਕਾਂਗਰਸ ਆ, ਉਹ ਸਨਮਾਨ ਨਹੀਂ ਸੀ ਕਰ ਸਕਦੇ। ਉਸ ਵੇਲੇ ਮਾਨਵਰ ਕਾਂਸ਼ੀ ਰਾਮ ਨੇ ਕਿਹਾ ਵੀ ਜਿਹੜਾ ਤੁਸੀਂ ਅਪਮਾਨ ਡਾਕਟਰ ਅੰਬੇਦਕਰ ਦਾ ਕਰਵਾ ਰਹੇ ਆ, ਤੁਹਾਡਾ ਖੁਦ ਕਸੂਰ ਆ, ਤੁਸੀਂ ਪੋਲੀਟੀਕਲ ਪਾਵਰ ਨਹੀਂ ਲਈ। ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੋਵੇ ਤੁਸੀਂ ਸਭ ਕੁਛ ਕਰ ਸਕਦੇ ਆ। ਹੁਣ ਦੇਖੋ ਜਿਹੜੇ ਅਵਾਗੌਣ ਗੱਲਾਂ ਇੱਥੇ ਆ ਕੇ ਕਰਨੀਆਂ, ਮੈਂ ਮਾਇਆਵਤੀ ਬਾਰੇ ਦੱਸਣਾ ਚਾਹੁੰਦਾ। ਮੈਂ ਵਿਸ਼ਾ ਆਪਣੇ ਚੌਹਾਨ ਸਾਹਿਬ ਮੇਰੇ ਖਿਆਲ ਨਾਲ ਆਪਣਾ ਵਿਸ਼ਾ ਆਪਾਂ ਚਲੋ ਉਹਨਾਂ ਦੇ ਕਰ ਦਿੱਤੀ। ਖੁਦ ਟੀਚਰ ਸੀਗੀ ਮਾਇਆਵਤੀ, ਹੁਣ ਰਹਿਣ ਦੀ ਆਪਾਂ। ਉਹਨੇ ਇੰਨੇ ਸਕੂਲ ਕਾਲਜ ਖੋਲ੍ਹੇ ਤਾਂ ਗੌਤਮ ਬੁੱਧ ਯੂਨੀਵਰਸਿਟੀ ਉਹਨੂੰ ਬਣਾਈ ਹੈ ਨੋਇਡਾ ਦੇ ਵਿੱਚ। ਇੱਕ ਯੂਨੀਵਰਸਿਟੀ ਬਣਾਉਣਾ ਤੇ ਉਹ ਤਾਂ ਨਾਂ ਨਹੀਂ ਸੀ ਰੱਖਣ ਦਿੰਦੇ। ਜਾਣੀ ਗੌਤਮ ਬੁੱਧ ਯੂਨੀਵਰਸਿਟੀ ਨੋਇਡਾ 'ਚ ਤੁਸੀਂ ਜਾ ਕੇ ਦੇਖ ਸਕਦੇ ਆ, ਦੁਨੀਆ ਇੰਡੀਆ ਦੀ ਸਭ ਤੋਂ ਬੈਸਟ ਯੂਨੀਵਰਸਿਟੀ ਹੈ। ਉਹ ਜਿਹੜੇ ਜਿਹੜਾ ਇੰਨਾ ਕਾਰਜ ਕਰਦੇ ਉਹਦੇ ਬਾਰੇ ਤੁਸੀਂ ਆ ਕੇ ਗਲਤ ਗੱਲਾਂ ਕਰਦੇ ਆ, ਕਿਉਂਕਿ ਮਾਇਆਵਤੀ ਖੁਦ ਟੀਚਰ ਰਹੀ ਹੈ। ਔਰ ਉਹ ਤਾਂ ਮਤਲਬ ਹੋਰ ਵੀ ਜਾਨੀ ਮਤਲਬ ਜਿੰਨੇ ਸਕੂਲ ਖੋਲ੍ਹੇ ਇੰਨਾ ਵਿੱਦਿਆ ਦੇ ਵਿੱਚ ਸੁਧਾਰ ਕੀਤਾ। ਇਸ ਕਰਕੇ ਜਾਨੀ ਐਜੂਕੇਸ਼ਨ ਤਦ ਜਾਨੀ ਸਹੀ ਹੋਣੀ ਆ, ਨਾਲ ਦੀ ਨਾਲ ਪੋਲੀਟੀਕਲ ਪਾਵਰ ਵੀ ਹੋਵੇ। ਉਹ ਜਿਹੜੇ ਲੋਕ ਆ ਤਦੇ ਤਾਂ ਤੁਸੀਂ ਜਿਹੜੀਆਂ ਗੱਲਾਂ ਚੰਗੀਆਂ ਕੀਤੀਆਂ ਵੀ ਆਰ ਐਸ ਐਸ ਵਾਲੇ ਉਸ ਸਿਲੇਬਸ ਬਦਲ ਰਹੇ ਆ, ਜਿਹੜੀ ਕਿਤਾਬ ਲੱਗ ਜਾਂਦੀ ਉਹ ਸਾਰਿਆਂ ਨੂੰ ਪੜ੍ਹਨੀ ਪੈਂਦੀ ਹੈ। ਉਸੇ ਤੇ ਐਗਜ਼ਾਮ ਹੋਣਾ ਹੁੰਦਾ। ਉਹ ਤੇ ਉਹ ਤਦੇ ਤਾਂ ਤੁਸੀਂ ਦੇਖੋ ਉੱਥੇ ਇੰਨਾ ਰਫੜ ਪਿਆ ਆ, ਭਾਵੇਂ ਉਹ ਸਟੇਟ ਸਬਜੈਕਟ ਆ। ਪਹਿਲਾਂ ਉਹਨੇ ਆਪਣੀਆਂ ਆਪਣੀਆਂ ਸਟੇਟਾਂ ਸ਼ੁਰੂ ਕੀਤਾ ਸੀ, ਉਹਨੇ ਉਹ ਫਿਰ ਝਗੜਾ ਪੈ ਗਿਆ ਵੀ ਇੱਕ ਸਟੇਟ 'ਚ ਹੋਰ ਤਰ੍ਹਾਂ ਪੜ੍ਹਾਇਆ ਜਾਂਦਾ, ਦੂਸਰੀ 'ਚ ਹੋਇਆ। ਹੁਣ ਤਾਂ ਉਹ ਤੁਲੇ ਹੋਇਆ ਵੀ ਅਸੀਂ ਇਤਿਹਾਸ ਵੀ ਬਦਲਣਾ। ਬਿਲਕੁਲ ਹਾਂਜੀ, ਉਹ ਤਾਂ ਕਹਿੰਦੇ ਆ ਜਾਨੀ, ਕਿਉਂਕਿ ਉਹ ਸਟੈਪ ਬਾਈ ਸਟੈਪ ਮਨੁ ਸਮ੍ਰਿਤੀ ਲਾਉਣੀ ਚਾਹੁੰਦੇ ਆ। ਔਰ ਲੋਕ ਕਹਿੰਦੇ ਆ ਜੀ ਅਸੀਂ ਪੜ੍ਹੀ ਨਹੀਂ, ਤੁਹਾਡੇ ਤੋਂ ਲਾਗੂ ਹੋ ਰਹੀ ਹੈ। ਆ ਜਿਹੜੀ ਤੁਹਾਨੂੰ ਗੁਲਾਮ ਬਣਾਇਆ, ਨੀਚ ਬਣਾਇਆ, ਮਨੁ ਸਮ੍ਰਿਤੀ ਨੇ ਬਣਾਇਆ। ਹਾਂਜੀ, ਇਸ ਕਰਕੇ ਜਾਨੀ ਡਾਕਟਰ ਅੰਬੇਦਕਰ ਦਾ ਜਿਹੜਾ ਐਜੂਕੇਟ ਐਜੀਟੇਟ ਆਰਗਨਾਈਜ਼, ਇਹ ਤਿੰਨ ਬਣਾਇਆ। ਥੈਂਕ ਯੂ ਹਾਂਜੀ, ਜਾਨੀ ਪੋਲੀਟੀਕਲ ਪਾਵਰ ਆਪਣੇ ਹੱਥਾਂ 'ਚ ਲਾਓ, ਤੁਸੀਂ ਸਭ ਕੁਛ ਸੁਧਾਰ ਕਰ ਸਕਦੇ ਹੋ। ਬਿਲਕੁਲ ਸਹੀ ਗੱਲ, ਗੁਲਾਮੀ ਦਾ ਅੰਤ ਕਰ ਸਕਦੇ ਹੋ। ਹਾਂਜੀ, ਜੈ ਭੀਮ ਜੈ ਭਾਰਤ। ਬਹੁਤ ਜੈ ਭੀਮ। ਹਾਂਜੀ ਦੋਸਤੋ, ਮੇਰੀ ਇੱਕ ਬੇਨਤੀ ਆ ਸਾਰਿਆਂ ਨੂੰ ਕਿ ਆਪਾਂ ਜੇ ਉਸਦਾ
ਨਾਂ ਨਾ ਲੈ ਕੇ ਗੱਲ ਕਰੀਏ, ਜਾਂ ਜਿਸ ਬੰਦੇ ਨੇ ਜਿੰਨਾ ਚੰਗਾ ਕੰਮ ਕੀਤਾ ਚੰਗਿਆਈ ਗੱਲ ਕੀਤੀ, ਜਿਹਨੇ ਮਾੜਾ ਕੀਤਾ ਮਾੜਾ ਕਹਿਣਾ ਚਾਹੀਦਾ, ਜੇ ਕਿਤੇ ਕੋਈ ਚੰਗਾਈ ਕੀਤੀ ਆ ਚੰਗਾਈ ਵੀ ਦੱਸਣੀ ਚਾਹੀਦੀ, ਜ਼ਰੂਰੀ ਆ। ਹਾਂਜੀ, ਟਾਈਮ ਘੱਟ ਹੈਗਾ ਜੀ ਹੁਣ, ਅਤੇ ਦੋਸਤੋ ਆਪਣੇ ਤੁਸੀਂ ਕਿਸ ਤਰ੍ਹਾਂ ਹੁਣ ਜਿਹੜਾ ਪ੍ਰੋਗਰਾਮ ਦਾ ਅੰਤ ਆ ਰਿਹਾ, ਖਤਮ ਟਾਈਮ ਹੈ, ਅਤੇ ਅਸੀਂ ਚਾਹੁੰਦੇ ਕਿ ਹੁਣ ਕੋਲ ਨਹੀਂ ਲੈ ਸਕਣੇ। ਜਿਹੜੀਆਂ ਕੁਛ ਹਸਤੀਆਂ ਹੁੰਦੀਆਂ ਕਿਸੇ ਮੁਲਕ ਵਿੱਚ ਵੀ, ਉਹਨਾਂ ਦਾ ਜਿਹੜਾ ਯੋਗਦਾਨ ਹੁੰਦਾ ਮੁਲਕ ਵਾਸਤੇ ਜਾਂ ਕੌਮਾਂ ਵਾਸਤੇ ਕਮਿਊਨਿਟੀਆਂ ਵਾਸਤੇ, ਉਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹੁਣ ਭਾਰਤ ਦੀ ਹਿਸਟਰੀ ਵਿੱਚੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਮ ਮਿਟਾਇਆ ਨਹੀਂ ਜਾ ਸਕਦਾ, ਜਿੰਨਾ ਮਰਜ਼ੀ ਕੋਈ ਕਹਿ ਲਓ। ਔਰ ਦੂਸਰੇ ਉਸ ਤੋਂ ਬਾਅਦ 'ਚ ਜਿਹੜਾ 40 ਸਾਲ ਸਾਹਿਬ ਕਾਂਸ਼ੀ ਰਾਮ ਨੇ ਕੰਮ ਕੀਤਾ ਲੋਕਾਂ ਨੂੰ ਸੰਗਠਨ ਕਰਨ ਵਿੱਚ, ਇਹਨੂੰ ਵੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਜੇ ਸਿਆਸਤ ਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ, ਅੱਜ ਉਹਨਾਂ ਦਾ ਉਹ ਥੱਲੇ ਰਹੇ, ਉਹ ਕੱਲ੍ਹ ਨੂੰ ਉਹ ਉੱਪਰ ਆ ਸਕੇ, ਲੋਕਾਂ ਦੇ ਸਹਿਯੋਗ ਦੀ ਗੱਲ ਹੁੰਦੀ ਆ। ਬਾਕੀ ਮੈਂ ਉਹ ਗੱਲ ਰਿਪੀਟ ਕਰਦੇ ਨੂੰ ਪਹਿਲਾਂ ਗੱਲ ਕਰਦਾ ਸੀਗਾ ਵੀ ਜਿਹੜੇ ਸਬਜੈਕਟ ਆਪਣਾ ਸੀਗਾ ਵੀ ਟੀਚਰਾਂ ਟੀਚਰਸ ਡੇ ਦੀ ਇੰਪੋਰਟੈਂਸ, ਇਹਦੇ ਬਾਰੇ ਗੱਲ ਕਰਨੀ ਸੀਗੀ, ਗੱਲ ਕਰਨੀ ਸੀਗੀ ਉਹ ਜਿਹੜੀ ਐਜੂਕੇਸ਼ਨ ਸਾਨੂੰ ਕਿੱਥੇ ਲੈ ਕੇ ਆਉਂਦਾ, ਇਹ ਗੱਲ ਨਹੀਂ ਸੀ ਵੀ ਕਿਹੜਾ ਬੰਦਾ ਕਿਹੜੇ ਟੀਚਰ ਕੋਲ ਪੜਿਆ। ਇਸ ਕਰਕੇ ਕੋਸ਼ਿਸ਼ ਹੈ ਕਿ ਜਦੋਂ ਕੋਈ ਬੰਦਾ ਕਿਸੇ ਦਾ ਨਾਂ ਲੈ ਕੇ ਗੱਲ ਕਰਦਾ ਤਾਂ ਫਿਰ ਉਹ ਕੰਟਰੋਵਰਸੀ ਹੋ ਜਾਂਦੀ ਆ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਵੀ ਕੰਟਰੋਵਰਸੀ ਕ੍ਰੀਏਟ ਨਾ ਕਰੀਏ ਅਸੀਂ, ਤਾਂ ਕਿ ਗੱਲ ਵਧੀਆ ਹੋਵੇ। ਹੁਣ ਰਫਕੀਰ ਚੰਦ ਚੌਹਾਨ ਹੋਣੀ ਆ, ਉਹ ਬਹੁਤ ਪੜ੍ਹ ਲਿਖਿਆ, ਬਹੁਤ ਅਕਲਮੰਦ ਬੰਦੇ, ਮੈਂ ਉਹਨਾਂ ਨੂੰ ਪਰਸਨਲ ਤੌਰ 'ਤੇ ਜਾਣਦਾ। ਸਾਰੇ ਸਾਡੇ ਬੁਲਾਰੇ ਸਾਰੇ ਜਿਹੜੇ ਵੀ ਆ ਫੋਨ ਕਾਲਰਸ ਬਹੁਤ ਸਿਆਣੇ, ਪਰ ਅਸੀਂ ਕਿਸੇ 'ਤੇ ਨਾ ਲਾ ਕੇ ਗੱਲ ਨਾ ਕੀਤੀ ਜਾਵੇ ਤਾਂ ਚੰਗੀ ਗੱਲ ਹੈਗੀ, ਪਿੱਕ ਕਰਨੀ ਗੱਲ ਉਹ ਸਹੀ ਨਹੀਂ। ਇਹਨਾਂ ਸਤਿਕਾਰ ਨਾ ਤੁਹਾਨੂੰ ਮਿਲਦਾ ਨਾ ਕਿਸੇ ਹੋਰ ਨੂੰ ਮਿਲਦਾ। ਬਾਕੀ ਜਿਹੜੀ ਐਜੂਕੇਸ਼ਨ ਦੀ ਗੱਲ ਹੈਗੀ ਆ, ਗੱਲ ਆਪ ਉੱਥੇ ਹੋਣੀ ਆ। ਮੈਂ ਸਮਝਦਾ ਕਿ ਅੱਜ ਵੀ ਜਿਹੜੀ ਐਜੂਕੇਸ਼ਨ ਆ ਜਿੰਨੀ ਹੋਣੀ ਚਾਹੀਦੀ ਆ ਉਨੀ ਨਹੀਂ ਹੋ ਰਹੀ ਪੰਜਾਬ ਦੇ ਵਿੱਚ। ਖਾਸ ਤੌਰ 'ਤੇ ਆਪਾਂ ਪੰਜਾਬ ਤੋਂ ਆਏ ਹਾਂ, ਪੰਜਾਬ ਵਿੱਚ ਐਜੂਕੇਸ਼ਨ ਦਾ ਬਿਲਕੁਲ ਸੱਤਿਆਨਾਸ਼ ਹੋ ਰਿਹਾ, ਅਤੇ ਸਾਨੂੰ ਐਫਰਟ ਕਰਨੀ ਚਾਹੀਦੀ ਆ ਜਿੱਥੇ ਤੱਕ ਹੈਗਾ ਉਹ ਐਜੂਕੇਸ਼ਨ ਬਚਾਉਣ ਦਾ, ਸਕੂਲਾਂ ਦੀ ਜਿਹੜੀ ਸਥਿਤੀ ਆ ਉਹਨਾਂ ਨੂੰ ਵਧੀਆ ਕਰਨ ਦਾ, ਲੋੜ ਆ ਟੀਚਰਾਂ ਨੂੰ ਹੋਰ ਟ੍ਰੇਨ ਕਰਨ ਦਾ, ਬੱਚਿਆਂ ਨੂੰ ਉਤਸ਼ਾਹਿਤ ਕਰਨ ਦਾ ਕਿ ਉਹ ਸਕੂਲ ਜਾਣ, ਕੋਈ ਸਕੂਲ ਤਾਂ ਹੀ ਚੱਲਣੇ ਜੇ ਨਿਆਣੇ ਜਾਣਗੇ ਤਾਂ। ਥੈਂਕ ਯੂ, ਥੈਂਕ ਯੂ ਦੋਸਤੋ। ਪ੍ਰੋਗਰਾਮ ਦਾ ਸਮਾਂ ਖਤਮ ਹੋਣ ਜਾ ਰਿਹਾ, ਮੈਂ ਇੱਕੋ ਗੱਲ ਅਖੀਰ ਦੇ ਵਿੱਚ ਇਹ ਆ ਕਿ ਇੱਕ ਅਯੋਗ ਅਧਿਆਪਕ ਤੁਹਾਡੇ ਸਮਾਜ ਨੂੰ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦਾ, ਇੱਕ ਯੋਗ ਸੁਲਝਿਆ ਇੱਕ ਅਧਿਆਪਕ, ਇੱਕ ਟੀਚਰ, ਇੱਕ ਗੁਰੂ ਸਾਰੇ ਸਮਾਜ ਨੂੰ ਬਦਲ ਕੇ ਰੱਖ ਦਿੰਦਾ। ਜਿਹੜੇ ਚੰਗੇ ਸਮਾਜ, ਇਹ ਜਿਹੜੇ ਅੱਜ ਸਮਾਜ ਸੇਵੀ ਚੰਗੇ ਆਪਾਂ ਦੇਖਦੇ ਹਾਂ ਕਿਸੇ ਵੀ ਸਮਾਜ ਦੇ ਵਿੱਚ, ਉਹਨਾਂ ਨੂੰ ਜਦੋਂ ਪੁੱਛ ਕੇ ਗੱਲ ਕਰਕੇ ਮੈਂ ਜਿਨ੍ਹਾਂ ਨੂੰ ਪੁੱਛਿਆ ਉਹਨਾਂ ਦੇ ਵਿੱਚ, ਉਹਨਾਂ ਦੇ ਜਿਹੜੇ ਅਧਿਆਪਕ ਆ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਸ ਪਾਸੇ ਲਾਉਣ ਲਈ। ਸੋ ਅਸੀਂ ਇੱਥੇ ਕਹਾਂਗੇ ਜਿਹੜਾ ਇੱਕ ਅਧਿਆਪਕ ਆ ਉਹ ਸਾਰੇ ਸਮਾਜ ਨੂੰ ਇਫੈਕਟ ਕਰਦਾ, ਅਸਰ ਦਾ ਪ੍ਰਭਾਵਿਤ ਕਰਦਾ ਆ। ਸੋ ਅਸੀਂ ਕਿਸੇ ਨੂੰ ਕਿਸੇ ਕੋਈ ਗੱਲ ਸਾਡੀ ਨਾ ਜਚੀ ਹੋਵੇ, ਕੋਈ ਗੱਲ ਨਾ, ਅਸੀਂ ਉਹਨਾਂ ਕੋਲ ਗੁਸਤਾਖੀ ਲਈ ਮਾਫ਼ੀ ਮੰਗਦੇ ਹਾਂ। ਅਤੇ ਕਾਂਸੀ ਟੀ ਵੀ ਦੇ ਬਹੁਤ ਧੰਨਵਾਦੀ ਹਾਂ ਜੋ ਸਾਨੂੰ ਹਮੇਸ਼ਾ ਮੌਕਾ ਦਿੰਦੇ ਆ। ਕਾਂਸੀ ਟੀ ਵੀ ਦਾ ਸਾਡੇ ਨਾਲ ਜਾਂ ਸਾਡੇ ਕੋਲ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਆ। ਸੋ ਫਿਰ ਜੀ, ਮੇਰੇ ਵੱਲੋਂ, ਮਹੇਸ਼ ਜੀ ਵੱਲੋਂ, ਸਾਡੇ ਵੱਲੋਂ ਆਪ ਸਭ ਨੂੰ ਜੈ ਗੁਰਦੇਵ, ਜੈ ਭੀਮ।